हेलो। हाँ जी हाँ जी, हाँ स्टार्ट पहली मीटिंग होनी एंड हो ये मैं स्टार्ट कर रहा। बस एक तुहाडा नाम की भुपिंदर पाल जी के नाम से आऊगा। नाम तो आ रहा गया। हेलो। हेलो। हाँ हाँ जी सर, हाँ जी सर, करियो जी, स्क्रीन शेयर करो। जी सर, ठीक ठीक है सर, ठीक है जी, मैं अलाउ कर दा जी सारे नु, है ना। ठीक है भिंदर सर, कर लो जी स्टार्ट। ठीक है जी। आप सारे का स्वागत है डिपार्टमेंट ऑफ टेक्निकल एजुकेशन इंडस्ट्रियल ट्रेनिंग के पंजाबी चैनल पे। अज आप ऑटो सेक्टर के टॉपिक नीड फॉर कूलिंग सिस्टम और नीड फॉर लुब्रिकेशन सिस्टम बारे पढ़ांगे। जिवें कि इंजन के कूलिंग सिस्टम और लुब्रिकेशन सिस्टम दोनों की बहुत ही ज़्यादा महत्वता है। जे कूलिंग सिस्टम ना होवे तां इंजन ज़्यादा गर्म हो जाता है। जे कूलिंग सिस्टम एफिशिएंट तरीके नाल ना काम करे तो इंजन ठंडा ही रहिंदा है तो जिस नाल इंजन की एफिशिएंसी बहुत घट जाती है। इसी तरह ही लुब्रिकेशन सिस्टम भी है। जदों इंजन चलता है तो वह गर्म होने के नाल उहदे जो पार्ट्स होंदे ने घस जाते हैं तो उन्हां घसावट नूं रोकण वास्ते लुब्रिकेशन सिस्टम की लोड़ हुंदी है। जिवें कि पढ़ांगे सिस्टम हुण इहदे विच हुंदा की है भी पहला अपर होस थर्मोस्टैट हुंदी है, वाटर पंप, फैन, ट्रांसमिशन कूलिंग लाइन जो पाइपां हुंदियां ने, रेडिएटर मेन हुंदा है। रेडिएटर दे विच ही इहनूं आपां एक हिसाब दा मतलब कूलर भी कह सकदे हां भी गर्म गर्म पानी जां गर्म कूलेंट जदों इहदे विच एंटर करदा उसनूं ठंडा करदा है फैन दी मदद नाल। परपज हुंदा जिहदा कंट्रोल दा टैंपरेचर और कंबशन सिस्टम 4000 डिग्री फारनहाइट तक टैंपरेचर पहुंच जाता है जो कि इंजन डैमेज कर सकता है। ये जिन्हें भी कंपार्टमेंट होंगे ने जिदा अपना कैबिन अंदर जो सर्दियां आदि ने आप बलोर चलाने गर्म हवा आती है, गर्म हवा भी कूलिंग सिस्टम की मदद ना ही आती है। हीट रिमूव होंगी है। नैक्सट कूलिंग सिस्टम होंगे किन्नी तरह का है, एयर कूलिंग सिस्टम, ऑयल कूलिंग सिस्टम, लिक्विड और वाटर कूलिंग सिस्टम। लिक्विड इस करके कह दें कि कूलेंट जड़ा है वो वाटर नहीं होंगे इस करके उन्होंने लिक्विड कूलिंग कूल कह देंगे। ठीक है, ये पार्ट्स ने सारे जो तुम सही तरीके देखोगे तो ये सारे पार्ट
ਬੜੇ ਵਧੀਆ ਤਰੀਕੇ ਨਾਲ ਦਿੱਤੇ ਨੇ, ਜੋ ਰੈੱਡ ਲਾਈਨ ਸ਼ੋ ਕੀਤੀ ਹੈ, ਰੈੱਡ ਲਾਈਨ ਸਾਰੀ ਦੀ ਸਾਰੀ ਹੌਟ ਲਾਈਨ ਆ, ਤੇ ਥਰਮੋਸਟੈਟ, ਅਪਰ ਹੋਜ਼, ਪ੍ਰੈਸ਼ਰ ਕੈਪ, ਹੋਜ਼ ਕਲੈਂਪ, ਰੇਡੀਏਟਰ, ਓਵਰਫਲੋ ਟਿਊਬ, ਲੋਅਰ ਹਾਊਸ, ਵਾਟਰ ਪੰਪ, ਤੇ ਇੱਕ ਸਾਈਡ ਦੇ ਉੱਪਰ ਹੀਟਰ ਸ਼ੋ ਕੀਤਾ ਹੈ। ਹੀਟਰ ਜੋ ਲਾਸਟ ਵਿੱਚ ਉਹ ਵੀ ਇੱਕ ਰੇਡੀਏਟਰ ਟਾਈਪ ਹੀ ਇੱਕ ਪਾਰਟ ਹੁੰਦਾ ਹੈ, ਪਰ ਉਹਨੂੰ ਹੀਟਿੰਗ ਕੋਇਲ ਕਹਿ ਦਿੰਦੇ ਆ। ਉਹਦੇ ਵਿੱਚ ਦੀ ਹਵਾ ਪਾਸ ਹੁੰਦੀ ਤੇ ਗਰਮ ਹਵਾ ਐਂਟਰ ਐਂਟਰ ਕਰਦੀ ਆ ਕੈਬਨ ਦੇ ਵਿੱਚ, ਅੰਦਰ ਡਰਾਈਵਰ ਕੈਬਨ 'ਚ। ਠੀਕ ਹੈ, ਵਾਟਰ ਜੈਕਟ, ਵਾਟਰ ਜੈਕਟਿੰਗ ਉਹ ਹੁੰਦੀ ਹੈ ਜੋ ਪਿਸਟਨ ਉੱਪਰ ਥੱਲੇ ਹੋ ਰਿਹਾ, ਉਹਦੇ ਸਾਈਡ ਹੋ ਗਈ ਆ ਸਿਲੰਡਰ ਵਾਲ, ਸਿਲੰਡਰ ਵਾਲ ਦੀ ਬਾਹਰੀ ਸਾਈਡ ਤੇ ਸਿਲੰਡਰ ਬਲੋਕ ਦੀ ਇਨਰ ਸਾਈਡ, ਇਹਦੇ ਵਿੱਚ ਜੋ ਗੈਪ ਹੁੰਦਾ ਹੈ ਉਹਨੂੰ ਵਾਟਰ ਜੈਕਟ ਕਹਿੰਦੇ ਨੇ। ਠੀਕ ਹੈ, ਸਿਲੰਡਰ ਸਿਲੰਡਰ ਵਾਲ ਦੇ ਬਾਹਰੀ ਤੇ ਸਿਲੰਡਰ ਬਲੋਕ ਦੀ ਇਨਰ ਸਾਈਡ, ਇਸ ਨੂੰ ਵਾਟਰ ਜੈਕਟ ਕਹਿੰਦੇ ਆ। ਇਹਦੇ ਵਿੱਚ ਹੀ ਆਪਣਾ ਕੂਲੈਂਟ ਮੂਵ ਕਰਦਾ ਹੈ, ਉੱਪਰ ਥੱਲੇ ਜਾ ਅੰਦਰੋਂ ਦੀ ਬਾਹਰ ਜਾਂਦਾ ਹੈ, ਤੇ ਇਸਦੀ ਜੋ ਹੀਟ ਹੁੰਦੀ ਹੈ ਮੈਕਸੀਮਮ ਹੀਟ ਇੱਥੇ ਹੁੰਦੀ ਹੈ, ਉਸ ਹੀਟ ਨੂੰ ਅਬਜ਼ੋਰਵ ਕਰਕੇ ਬਾਹਰ ਪੰਪ ਤੱਕ ਪਹੁੰਚਾ ਦਿੰਦਾ ਹੈ। ਉਸ ਤੋਂ ਬਾਅਦ ਜੋ ਪੰਪ ਲੱਗਾ ਹੁੰਦਾ ਹੈ ਉਹ ਨੋਨ ਪੋਜ਼ਿਟਿਵ ਡਿਸਪਲੇਸਮੈਂਟ ਪੰਪ ਹੁੰਦਾ ਹੈ। ਜੋ ਨੋਨ ਪੋਜ਼ਿਟਿਵ ਦਾ ਮਤਲਬ ਇਹ ਹੁੰਦਾ ਵੀ ਉਸਦੇ ਵਿੱਚ ਜਿੰਨਾ ਪ੍ਰੈਸ਼ਰ ਹੁੰਦਾ ਉਹ ਸਾਰੇ ਦਾ ਸਾਰਾ ਪ੍ਰੈਸ਼ਰ ਬਾਹਰ ਨਹੀਂ ਜਾਂਦਾ, ਇਸ ਕਰਕੇ ਨੋਨ ਪੋਜ਼ਿਟਿਵ ਕਹਿ ਦਿੰਦੇ ਉਸਨੂੰ। ਸਿੰਪਲ ਡਿਜ਼ਾਇਨ ਹੁੰਦਾ, ਇੰਪੈਲਰ ਲੱਗਾ ਹੁੰਦਾ, ਬੈਲਟ ਦੇ ਨਾਲ ਡਰਿਵਨ ਹੁੰਦਾ ਹੈ। ਵਾਟਰ ਪੰਪ ਇਹ ਡਾਇਗ੍ਰਾਮ ਹੈ, ਬਿਲਕੁਲ ਸਿੰਪਲ ਫੋਟੋ ਉਹਦੀ ਜੋ ਅਸਲੀਅਤ ਵਿੱਚ ਲੱਗਾ ਹੁੰਦਾ, ਸਿੰਪਲ ਜਾਂ ਪੁਰਜਾ, ਇਹਨੂੰ ਵਾਟਰ ਬਾਡੀ ਵੀ ਕਹਿ ਦਿੰਦੇ ਨੇ ਛੋਟੀ, ਵੀ ਹਾਂ ਵਾਟਰ ਬਾਡੀ ਖਰਾਬ ਹੋ ਗਈ ਜਾਂ ਕੁਛ ਵੀ। ਤੇ ਇਹਦੇ ਵਿੱਚ ਇੱਕ ਵੀਪ ਹੋਲ ਹੁੰਦਾ ਹੈ, ਜੋ ਹੋਲ ਤੁਹਾਨੂੰ ਸ਼ੋ ਹੋ ਰਿਹਾ ਹੈ ਉਹ ਜਦੋਂ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ ਤੇ ਹੋਲ ਲੀਕ ਹੋ ਜਾਂਦਾ ਹੈ। ਤੇ ਮੈਕਸੀਮਮ ਟਾਈਮ ਜਦੋਂ ਕਾਰ 1 ਲੱਖ ਕਿਲੋਮੀਟਰ ਤੱਕ ਚੱਲ ਜਾਂਦੀ ਹੈ ਨਵੀਂ ਕਾਰ, ਤੇ ਇਹਦਾ ਬੇਰਿੰਗ ਇਹ ਵਰਨ ਆਊਟ ਹੋ ਜਾਂਦਾ, ਮਤਲਬ ਖਰਾਬ ਹੋ ਜਾਂਦਾ, ਘਸ ਜਾਂਦਾ, ਇਸ ਕਰਕੇ ਬੇਰਿੰਗ ਇਹਦਾ ਬਦਲਣਾ ਬਹੁਤ ਜ਼ਰੂਰੀ ਹੁੰਦਾ। ਜੇ ਇਹਦਾ ਬੇਰਿੰਗ ਨਹੀਂ ਬਦਲਾਂਗੇ, ਬੈਲਟ ਮੂਵ ਸਹੀ ਤਰੀਕੇ ਨਾਲ ਨਹੀਂ ਕਰੇਗੀ, ਉਹ ਬੈਲਟ ਕੱਟ ਸਕਦੀ ਆ ਤੇ ਕਿਤੇ ਆਪਣੀ ਕਾਰ ਰੁਕ ਸਕਦੀ ਆ, ਤੇ ਫਿਰ ਆਪਾਂ ਨੂੰ ਪਰੇਸ਼ਾਨੀ ਆ ਸਕਦੀ ਡਰਾਈਵਰ ਨੂੰ। ਇਸ ਕਰਕੇ ਇਹ ਵੀ ਬਹੁਤ ਜ਼ਰੂਰੀ ਆ, ਜਦੋਂ 1 ਲੱਖ ਕਿਲੋਮੀਟਰ ਹੋ ਜਾਂਦਾ ਤੇ ਇਸਦਾ ਬੇਰਿੰਗ ਤੇ ਬਾਡੀ ਬਿਲਕੁਲ ਛੋਟਾ ਜਿਹਾ ਪਾਰਟ ਹੁੰਦਾ, ਚੇਂਜ ਹੋ ਜਾਂਦਾ ਹੈ। ਰੇਡੀਏਟਰ, ਰੇਡੀਏਟਰ ਮੇਨਲੀ ਕਾਪਰ ਬਰਾਸ ਦਾ ਬਣਿਆ ਹੁੰਦਾ ਹੈ, ਇਹ ਹੀਟ ਐਕਸਚੇਂਜ ਦਾ ਕੰਮ ਕਰਦਾ ਹੈ। ਇਹਦੇ ਵਿੱਚ ਗਰਮ ਕੂਲੈਂਟ ਅੰਦਰ ਐਂਟਰ ਕਰਦਾ ਹੈ ਤੇ ਜੋ ਉਸਨੂੰ ਠੰਡਾ ਹੋ ਕੇ ਹਵਾ ਦੀ ਮਦਦ ਨਾਲ ਤੇ ਉਹ ਫਿਰ ਵਾਪਸ ਸਰਕੂਲੇਟ ਕੀਤਾ ਜਾਂਦਾ ਹੈ। ਰੇਡੀਏਟਰ ਦੀਆਂ ਟਾਈਪ, ਜੋ ਟ੍ਰੈਡੀਸ਼ਨਲ ਟਾਈਪ ਪਹਿਲਾਂ ਚੱਲਦੀ ਆਈ ਹੈ ਉਹ ਡਾਊਨ ਫਲੋ ਹੁੰਦਾ ਹੈ, ਮਤਲਬ ਉੱਪਰੋਂ ਜੋ ਰੈੱਡ ਲਾਈਨ ਤਾਂ ਸ਼ੋ ਹੋ ਰਹੀਆਂ ਨੇ ਡਾਇਗ੍ਰਾਮ ਦੇ ਵਿੱਚ, ਉੱਪਰ ਤੋਂ ਕੂਲੈਂਟ ਥੱਲੇ ਨੂੰ ਫਲੋ ਕਰਦਾ ਹੈ, ਇਸ ਨੂੰ ਡਾਊਨ ਫਲੋ ਕਹਿੰਦੇ ਨੇ। ਇਹਦੇ ਨਾਲ ਥੋੜ੍ਹਾ ਜਿਹਾ ਇਹ ਆ ਵੀ ਸਾਈਜ਼ ਇੰਜਨ ਦਾ ਬਹੁਤ ਵੱਡਾ ਹੋ ਜਾਂਦਾ ਹੈ, ਇਸ ਨੂੰ ਓਵਰਕਮ ਕਰਨ ਲਈ ਇਹ ਹੋਰੀਜੈਂਟਲ ਟਾਈਪ ਜੋ ਕ੍ਰੋਸ ਫਲੋ ਰੇਡੀਏਟਰ ਦੀ ਮਤਲਬ ਕਾਰਡ ਕੱਢੀ ਗਈ ਆ, ਇਹ ਕ੍ਰੋਸ ਫਲੋ ਇਹ ਬਿਲਕੁਲ ਛੋਟਾ ਜਿਹਾ ਲੱਗ ਜਾਂਦਾ ਹੈ, ਕਾਰ ਦੇ ਵਿੱਚ ਕੰਪੈਕਟ ਹੁੰਦਾ ਹੈ, ਇਹ ਹੋਰੀਜੈਂਟਲ ਟਾਈਪ ਥੋੜ੍ਹਾ ਲੰਬਾ ਹੋ ਜਾਂਦਾ ਹੈ, ਜਿਸ ਦੇ ਨਾਲ ਕਾਰ ਦੀ ਹਾਈਟ ਦੇ ਵੀ ਜ਼ਿਆਦਾ ਫਰਕ ਨਹੀਂ ਪੈਂਦਾ। ਐਰੋਡਾਇਨਾਮਿਕ ਹੁੰਦਾ ਹੈ ਤੇ ਲੋਅਰ ਹੁੱਡ ਲਾਈਨ ਮਤਲਬ ਛੋਟਾ ਛੋਟਾ ਹੋ ਜਾਂਦਾ ਹੈ। ਰੇਡੀਏਟਰ ਫੈਨ, ਜੋ ਪਹਿਲੇ ਰੇਡੀਏਟਰ ਫੈਨ ਹੁੰਦੇ ਸੀ ਉਹ ਸਿੱਧੇ ਹੀ ਬੈਲਟ ਨਾਲ ਮੂਵ ਕਰਦੇ ਸੀ, ਪਰ ਹੁਣ ਜਿੰਨੇ ਫੈਨ ਆ ਗਏ ਨੇ ਉਹ ਸਾਰੇ ਦੇ ਸਾਰੇ ਸੈਂਸਰ ਦੇ ਨਾਲ ਮੂਵ ਕਰਦੇ ਨੇ। ਕਹਿਣ ਦਾ ਮਤਲਬ ਸੈਂਸਰ ਨੂੰ ਜਦ ਪਤਾ ਲੱਗਦਾ ਵੀ ਕੂਲੈਂਟ ਦਾ ਟੈਂਪਰੇਚਰ 85 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ ਹੈ ਤੇ ਉਹ ਫਿਰ ਆਟੋਮੈਟਿਕ ਹੀ ਫੈਨ ਨੂੰ ਪਾਵਰ ਦੇ ਦਿੰਦਾ ਹੈ, ਪਾਵਰ ਤੇ ਫੈਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤੁਸੀਂ ਕਾਰ ਔਨ ਕਰੋਗੇ ਤੁਸੀਂ ਹੁੱਡ ਖੁੱਲ ਕੇ ਵੇਖੋਗੇ ਤੇ ਫੈਨ ਨਹੀਂ ਚੱਲੇਗਾ, ਕਿਉਂਕਿ ਇਹ ਉਹ ਟੈਂਪਰੇਚਰ ਜਿੰਨੀ ਦੇਰ ਤੱਕ ਉਹਦਾ 85 ਡਿਗਰੀ ਟੈਂਪਰੇਚਰ ਨਹੀਂ ਜਾਂਦਾ ਕੂਲਣ ਦਾ ਤੇ ਉਨੀ ਦੇਰ ਤੱਕ ਫੈਨ ਨਹੀਂ ਚੱਲੇਗਾ। ਤੇ ਸੈਵਰਲ ਟਾਈਪ ਹੁੰਦੇ ਰਿਚ ਇਲੈਕਟ੍ਰਿਕ ਵਿਸਕਸ ਕਲੱਚ ਉਹਨੂੰ ਹੀ ਕਹਿੰਦੇ ਨੇ ਜੋ ਮੈਂ ਤੁਹਾਨੂੰ ਦੱਸਿਆ ਹੈ ਵੀ ਜੋ ਸੈਂਸਰ ਦੇ ਨਾਲ ਮੂਵ ਕਰਦਾ ਹੈ ਵੀ 85 ਡਿਗਰੀ ਤੋਂ ਬਾਅਦ ਹੀ ਇਸਨੂੰ ਕਰੰਟ ਮਿਲਦਾ ਹੈ। ਤੇ ਥਰਮੋਸਟੈਟ, ਥਰਮੋਸਟੈਟ ਹੀ ਮੇਨ ਫੰਕਸ਼ਨ ਹੈ ਕੂਲਿੰਗ ਸਿਸਟਮ ਦੇ ਵਿੱਚ ਟੈਂਪਰੇਚਰ ਨੂੰ ਕੰਟਰੋਲ ਕਰਨ ਦੇ ਲਈ। ਥਰਮੋਸਟੈਟ ਦਾ ਕੰਮ ਕੀ ਹੈ ਵੀ ਜੋ 85 ਡਿਗਰੀ ਟੈਂਪਰੇਚਰ ਸੈੱਟ ਕੀਤਾ ਗਿਆ ਵੀ ਇੰਜਨ ਦਾ ਐਪਰੋਪ੍ਰੀਏਟ ਟੈਂਪਰੇਚਰ ਕੂਲੈਂਟ ਦਾ 85 ਡਿਗਰੀ ਹੈ ਤੇ ਉਹ ਜਦੋਂ ਪਹੁੰਚ ਜਾਂਦਾ ਤੇ ਇਹਦਾ ਪ੍ਰੈਸ਼ਰ ਕਲੋਜ਼ ਪੋਜੀਸ਼ਨ ਵੀ ਦਿੱਤੀ ਹੈ, ਓਪਨ ਕਲੋਜ਼ ਪਹਿਲਾਂ ਕਲੋਜ਼ ਹੁੰਦੀ ਹੈ ਫਿਰ 85 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਪਹੁੰਚਦਾ ਹੈ ਤੇ ਓਪਨ ਹੋ ਜਾਂਦੀ ਹੈ। ਜਦੋਂ ਓਪਨ ਹੁੰਦੀ ਹੈ ਓਪਨ ਹੋਣ ਤੋਂ ਬਾਅਦ ਹੀ ਕੂਲੈਂਟ ਰੇਡੀਏਟਰ ਤੱਕ ਪਹੁੰਚਦਾ ਹੈ, ਨਹੀਂ ਤਾਂ ਬਾਈਪਾਸ ਹੋ ਕੇ
उन्नी जगह दे विच ही घूमता रहिंदा है जिन्नी देर तक कूलन का टैंपरेचर सही टैंपरेचर तक नहीं पहुंचता। थर्मोस्टैट फेल किवें हो जांदी, क्योंकि आपां पानी ते कूलेंट दोनों मिक्स करते हैं, पानी के स्केलिंग हो जाती है, स्केलिंग एक वाइट वाइट कलर की पड़ा जहा जम जाता है, उसके नाल स्टक हो सकती है। जे ये खुली रह जाए इहदा मतलब भी ओपन पोजिशन रह जाए, इंजन का टैंपरेचर 85 डिग्री जो कूलेंट का होएगा नहीं, क्योंकि वह घूमी जा रहा लगातार ही, इस दे नाल एक माइलेज घट जाएगी, दूजा हीट एक्सचेंज नहीं होएगी, तो मतलब इंजन अंदरों भी खराब होने का डर हो सकता है। जे ये बंद रह जाएगी, बंद रहने के नाल इंजन जो कूलेंट है गर्म हो गया, 85 डिग्री तो अबव चले गया, 100 डिग्री तक पहुँच गया, पर वो रेडिएटर तक नहीं पहुँच रहा, जो रेडिएटर तक नहीं पहुँच रहा तो उसका टैंपरेचर कंटिन्यूस राइज हो ही जाना है, वो वाधा वाधा इन्ना वध जाएगा कि इंजन सीज हो जाएगा, फिर इंजन दे विच मतलब पार्ट्स डिसमेंटल हो जाएंगे, डिसप्लेस हो जाएंगे, पिस्टन मूव नहीं करेगा, ज़्यादा हीट के नाल वो सारे के सारे उन्होंने मतलब शेप बिगड़ जाती है। रेडिएटर कैप इसका भी बहुत इंपोर्टेंट फंक्शन आ, इसका फंक्शन जो हाई प्रैशर, क्योंकि जो गर्म होना है 100 डिग्री तक टैंपरेचर चले जाता है कूलन का, वो जो रेडिएटर के एंटर करता है एकदम हाई प्रैशर जनरेट होता है, वो हाई प्रैशर ओवरकम करने के लिए रेडिएटर कैप के एक वॉल्व लगा होता है, वो वॉल्व ओपन हो जाता है, जो प्रैशर होता है एक्सट्रा प्रैशर वो टैंक में जाकर रिलीज हो जाता है। जो भी इंजन ठंडा होता है, जो ठंडा होया तो वो प्रैशर वैक्यूम में क्रिएट हो जाता है, फिर वो वैक्यूम वाल्व ओपन होके जो प्रैशर रिलीज किया होता है एक्सपेंशन टैंक में, उसको फिर वापस कूल मतलब रेडिएटर के पहुँच जाता है। इस दे नाल ही जो बॉयलिंग टैंपरेचर है, जो बॉयलिंग पॉइंट ऑफ फ्लूइड का, वो वाधा है, ठीक है, तो वध तो वध हीट जनरेट होंगी है। कूलेंट टैंक रिकवरी टैंक ये हुण जो भी नवी कार आ रही ने
हेलो आवाज नहीं आती सर, आवाज नहीं आ रही। हाँ, आवाज नहीं ना आ रही। नहीं हेलो, सर, भुपिंदर जी का की होया? इन्हों का नेटवर्क हो गया? हेलो, हेलो आवाज आ रही मेरी? मनप्रीत मनप्रीत जी, मैं ना, जी, हेलो, मैं गुरिंदर थोड़ा साहब बाहर आ, पीपीटी नहीं, मैं वैसे इंग्लिश बोल जी, सकदा थोड़ा, बच्चे अटैच होए आ साडे नाल। सो कूलिंग सिस्टम दा जे मैं थोड़ा करदा कि कूलिंग सिस्टम जड़ी आ, एक तां वाटर कूलिंग सिस्टम हुंदा ते एक एयर कूलिंग सिस्टम हुंदा, ठीक है जी। सो भुपिंदर जी दा नेटवर्क मैनूं लगदा कोई प्रॉब्लम होण करके उहनां दी आवाज नहीं आ रही। सो माधुरी, मेरी आवाज आ रही आ? हाँ जी हेलो, सर। हाँ। सो कूलिंग सिस्टम की आप गल कर रहे हैं, जिद कूलिंग सिस्टम के मेन पार्ट्स की आप गल करते हैं कि कूलिंग सिस्टम के रेडिएटर होंगे, वाटर पंप्स होंगे, वाटर जैक्स होंगे। सो रेडिएटर अपन सारे नु पता कि रेडिएटर पानी पाने, जो रेडिएटर च पानी पाने तो रेडिएटर साडा जो वाटर कूलिंग सिस्टम का एक मुख्य भाग हैगा, जिसे आप कूलेंट पाने है, ठीक है जी। सो कूलेंट जड़ा है वो रेडिएटर के अपर टैंकर तो लोअर टैंक नू प्लस इंजन दे विच सर्कुलेट करता, तो इंजन की गर्मी नू अपने नाल लैके आता, ठीक है जी। सो पानी जड़ा वा वो इंजन नू ठंडा करता, सो पानी नू जड़ा वा वो हवा ठंडी करती है। जो आप रेडिएटर की गल करते हैं तो रेडिएटर के विच जिहड़ियां साडियां रेडिएटर कोर्स बनिया होंदियां वा, आम तौर पर रेडिएटर जिहड़ा हैगा ये साडा बनिया होंदा वा कॉपर का, जिहड़े हल्के रेडिएटर वा वो जिहड़े आ वो लोहे के भी बने होंदे आ, बट लोहे का जिहड़ा वा वो उहदे च जंगाल पै जांदा, ते जिहड़ा कॉपर जिहड़ा वा उहदे च जिहड़ा हीट जिहड़ी आ जल्दी तरीके दे नाल जिहड़ा वो मतलब उहनूं पानी नूं ठंडा कर पा सकदा, इस करके गुरिंदर सर, जिहड़ा। मैं आप स्क्रीन शेयर की थी आप तो ये तो देख सकते हो। हाँ जी, हाँ जी। सो वाटर कूलिंग सिस्टम दे विच की होंदा कि रेडिएटर दे विच आपां पानी पाउने आ उहदे चों कैप दे थ्रू। सो पानी जदों रेडिएटर दे विच जिहड़ा पानी पाउने आ वो इंजन दे विच सर्कुलेट करदा, जदों आपां इंजन नूं गड्डी नूं स्टार्ट करदे आ सवेरे, ते इंजन दा टैंपरेचर नॉर्मल हुंदा। कूलिंग सिस्टम दा मुख्य काम हैगा वा कि इन्हें ये नहीं कि इहनूं ठंडा करना, उहनूं नॉर्मल टैंपरेचर ते चलाउणा। सो जदों पंप जिहड़ा साडा सर्कुलेट करदा हैगा वो पानी, जदों इंजन दा जिहड़ा पानी, इंजन दा टैंपरेचर 85 सेंटीग्रेड हो जाता, तो रेडिएटर का पानी जिहड़ा सर्कुलेट होना शुरू हो जाता। जिवें कि तुसीं ड्राइंग दे उत्तों देख सकते हो कि रेडिएटर लगा वा प्लस इंजन लगा वा, उपर वाली जिहड़ी पाइप हैगी आ उहनूं अपर टैंक, जिहड़ा रेडिएटर दा उपर वाला भाग उहनूं अपर टैंक कहिंदे आ, जिहड़ा थले वाला भाग उहनूं लोअर टैंक कहिंदे आ। सो पानी जिहड़ा उपर तों थले वाले पासे नूं रेडिएटर विच सर्कुलेट करदा। सो वाटर पंप जिहड़ा वा वो इंपैलर टाइप हुंदा, वो पानी नूं खिंच के इंजन दे विच वाटर जैक्स दे विच भेजदा। वाटर जैक्स जिहड़ा वा इंजन दे विच सारे वाटर जैक्स दे विचों पानी जिहड़ा सर्कुलेट हो के इंजन दी गर्मी नूं नाल लै के ते रेडिएटर दे विच अपर जिहड़ा टैंक हैगा उहदे विच आ जांदा है। सो जिहड़ा रेडिएटर दे विच जिहड़ियां कोर्स हैगियां, जिहड़ियां फिन्स हैगियां, फिन्स दा मतलब आ कि उह कंटैक्ट एरिया वधाउण दे लई, जिहड़ियां कोर्स दे विच पानी उपर तों थले नूं आउंदा, ते इहदे ते इक फैन लगा हुंदा। फैन जिहड़े दो प्रकार दे हुंदे आ, इक रिवर्स फ्लो हुंदा ते इक स्ट्रेट फ्लो हुंदा। सो स्ट्रेट फ्लो दा मतलब कि जिहड़ा अगे नूं हवा मारदा, ते रिवर्स फ्लो दा मतलब आ जिहड़ा पिछे नूं हवा खिंचदा। ओह पानी रेडिएटर दे विचों, पानी दे विचों हवा नूं मतलब रेडिएटर कोर्सों खिंचदा हैगा, ते जिहदे नाल पानी जिहड़ा ठंडा हुंदा, ते ठंडा हो के पानी जिहड़ा इंजन नूं ठंडा करदा। सो दूसरा जिहड़ा साडी ड्राइंग हैगी आ इह हैगी आ एयर कूल्ड। आम तौर पर जिहड़े एयर कूल्ड इंजन हैगे आ ये छोटे इंजन जिहड़े
ਜਿਵੇਂ ਆਪਾਂ ਸਕੂਟਰ ਦੇਖ ਲਓ, ਮੋਟਰਸਾਈਕਲ ਦੇਖ ਲਓ, ਜਾਂ ਮੋਪਡ ਦੇਖ ਲਓ, ਜਾਂ ਜਿਹੜਾ ਟਰੈਕਟਰ ਦੇ ਵਿੱਚ ਵੀ ਜਿਹੜੇ ਸਿੰਗਲ ਸਿਲੰਡਰ ਹੈਗੇ ਉਹਨਾਂ ਵਿੱਚ ਵੀ ਜਿਹੜੇ ਆ ਏਅਰ ਕੂਲਡ ਇੰਜਨ ਜਿਹੜੇ ਵਰਤੇ ਜਾਂਦੇ। ਸੋ ਏਅਰ ਕੂਲਡ ਇੰਜਨ ਦਾ ਕੰਮ ਜਿਹੜਾ ਹਵਾ ਜਿਹੜਾ ਇਹਦੇ ਵਿੱਚ ਕਿਸੇ ਕਿਸਮ ਦੇ ਕੋਈ ਵਾਟਰ ਪੰਪ ਨਹੀਂ ਲੱਗਾ, ਕਿਸੇ ਦਾ ਹੋਰ ਨਹੀਂ ਲੱਗਾ। ਇਹਦਾ ਜਿਹੜੀ ਡਿਜ਼ਾਇਨਿੰਗ ਹੈਗੀ ਆ, ਇਹਦੇ ਏਅਰ ਫਿਨਸ ਬਣੀ ਹੁੰਦੀਆਂ ਤਾਂ ਕਿ ਹਵਾ ਡਾਇਰੈਕਟ ਏਰੀਆ ਮਤਲਬ ਵਧਾਇਆ ਜਾ ਸਕੇ। ਸੋ ਹਵਾ ਦੇ ਦੁਆਰਾ ਹੀ ਇੰਜਨ ਜਿਹੜਾ ਇਹਨੂੰ ਠੰਡਾ ਕੀਤਾ ਜਾਂਦਾ। ਆਮ ਤੌਰ 'ਤੇ ਜਿਹੜੀ ਇਹਦੀ ਕਾਸਟਿੰਗ ਹੁੰਦੀ ਆ, ਜਿਹੜੀ ਇਹਦੀ ਬਣਤਰ ਹੁੰਦੀ ਆ, ਇਹ ਅਲਮੀਨੀਅਮ ਅਲਾਏ ਦੀ ਬਣੀ ਹੁੰਦੀ ਆ, ਕਿਉਂਕਿ ਅਲਮੀਨੀਅਮ ਜਿਹੜਾ ਵਾ ਇਹ ਠੰਡਾ ਵੀ ਜਲਦੀ ਹੋ ਜਾਂਦਾ, ਗਰਮ ਵੀ ਜਲਦੀ ਹੋ ਜਾਂਦਾ। ਸੋ ਸੌਫਟ ਧਾਤ ਵਾ ਜਿਹੜੇ ਇੰਜਨ ਵਾਟ ਏਅਰ ਕੂਲਡ ਇੰਜਨ ਹੈਗੇ ਆ, ਉਹਨਾਂ ਦੀ ਜਿਹੜੀ ਬਣਤਰ ਹੁੰਦੀ ਆ ਉਹ ਇਸ ਤਰ੍ਹਾਂ ਦੀ ਹੁੰਦੀ ਆ ਕਿ ਉੱਤੇ ਫਿਨਸ ਬਣੀਆਂ ਹੁੰਦੀਆਂ, ਪਲੱਸ ਇਹਦੀ ਜਿਹੜੀ ਆ ਮੀਨਸ ਹਵਾ ਦੇ ਦੁਆਰਾ ਹੀ ਇਹਨੂੰ ਠੰਡਾ ਕੀਤਾ ਜਾਂਦਾ। ਔਰ ਕਈ ਇੰਜਣਾਂ ਦੇ ਵਿੱਚ ਜਿੱਦਾਂ ਮਲਟੀ ਸਿਲੰਡਰ ਇੰਜਣ, ਕਈ ਜਿੱਦਾਂ ਤੁਸੀਂ ਆਈਸ਼ਰ ਟਰੈਕਟਰ ਦੇਖਿਆ ਹੋਏਗਾ, ਉਹਦੇ ਉੱਤੇ ਜਿਹੜਾ ਵਾ ਉਹ ਵੀ ਜਿਹੜਾ ਏਅਰ ਕੂਲਡ ਇੰਜਣ ਹੈਗਾ, ਔਰ ਉਹਦੇ ਉੱਤੇ ਜਿਹੜੀਆਂ ਫਿਨਸ ਲੱਗੀਆਂ, ਫਿਨਸ ਦੇ ਉੱਤੇ ਇੱਕ ਬਲੋਅਰ ਲੱਗਾ, ਬਲੋਅਰ ਜਿਹੜਾ ਉਹਦੇ ਉੱਤੇ ਪੱਖੇ ਦੀ ਹਵਾ ਮਾਰਦਾ ਤੇ ਹਵਾ ਦੁਆਰਾ ਹੀ ਜਿਹੜਾ ਉਹ ਠੰਡਾ ਕੀਤਾ ਜਾਂਦਾ ਸੀ। ਸੋ ਇਹ ਸੀ ਇਹਦਾ ਮੀਨਸ ਵਾਟਰ ਕੂਲਡ ਸਿਸਟਮ ਤੇ ਏਅਰ ਕੂਲਡ ਸਿਸਟਮ। ਸੋ ਬਾਕੀ ਜੇ ਆਪਾਂ ਗੱਲ ਕਰੀਏ ਥਰਮੋਸਟੇਟ ਵਾਲਵ, ਆ ਥੱਲੇ ਇੱਕ ਡਰਾਇੰਗ ਦਿੱਤੀ ਆ ਜਿਹਨੂੰ ਆਪਾਂ ਥਰਮੋਸਟੇਟ ਵਾਲਵ ਕਹਿੰਦੇ ਹਾਂ। ਥਰਮੋਸਟੇਟ ਵਾਲਵ ਦਾ ਕੀ ਕੰਮ ਹੈਗਾ ਕਿ ਇਹ ਕੀ ਕਰਦਾ ਕਿ ਇੰਜਨ ਦੇ ਵਿੱਚ ਜਿਹੜਾ ਵਾ ਨੋਰਮਲ ਟੈਂਪਰੇਚਰ ਤੇ ਇੰਜਨ ਨੂੰ ਰੱਖਣ ਦੇ ਲਈ ਜਿਹੜਾ ਥਰਮੋਸਟੇਟ ਵਾਲਵ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਸੋ ਵਾਟਰ ਪੰਪ ਹੈ, ਵਾਟਰ ਪੰਪ ਦਾ ਕੰਮ ਹੈ ਕਿ ਵਾਟਰ ਪੰਪ ਆਮ ਤੌਰ 'ਤੇ ਇੰਜਨ ਦੇ ਵਿੱਚ ਜਿਹੜਾ ਜਿਹਨੂੰ ਆਪਾਂ ਵਾਟਰ ਬੋਡੀ ਕਹਿ ਦਿੰਦੇ ਹਾਂ, ਇਹ ਚੱਲਦਾ ਹੈਗਾ ਇੰਜਨ ਤੋਂ ਜਿਹੜੀ ਪਾਵਰ ਕ੍ਰੈਂਕ ਸ਼ਾਫਟ ਤੋਂ ਆਉਂਦੀ ਆ, ਜਿਹੜੀ ਫੈਨ ਬੈਲਟ ਜਿਹੜੀ ਆ, ਫੈਨ ਬੈਲਟ ਜਿਹੜੀ ਵਾਟਰ ਪੰਪ ਨੂੰ ਜਿਹੜੀ ਆ ਕਰਦੀ ਹੈਗੀ, ਚਲਾਉਂਦੀ ਹੈਗੀ ਆ ਰੋਟਰੀ ਮੋਸ਼ਨ 'ਚ। ਅਤੇ ਇਹਦੇ ਵਿੱਚ ਇੱਕ ਅੰਪੈਲਰ ਲੱਗਾ ਹੁੰਦਾ, ਅੰਪੈਲਰ ਜਿਹੜਾ ਵਾ ਉਹ ਰੇਡੀਏਟਰ ਦੇ ਲੋਅਰ ਟੈਂਕ 'ਚੋਂ ਪਾਣੀ ਨੂੰ ਖਿੱਚਦਾ ਅਤੇ ਅੱਪਰ ਟੈਂਕ ਦੇ ਵਿੱਚ ਭੇਜਦਾ ਹੈਗਾ। ਸੋ ਪੰਪ ਜਿਹੜਾ ਸਰਕੂਲੇਸ਼ਨ ਜਿਹੜਾ ਸਿਸਟਮ ਦੇ ਵਿੱਚ ਫੋਰਸਲੀ ਜਿਹੜਾ ਫੀਡ ਕਰਦਾ ਹੈਗਾ ਸਿਸਟਮ ਦੇ ਵਿੱਚ, ਠੀਕ ਹੈ ਜੀ। ਸੋ ਇਹਦੇ ਵਿੱਚ ਜਿਹੜੇ ਵਾਟਰ ਪੰਪ ਦੇ ਆਪਾਂ ਪਾਰਟਸਾਂ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਇੰਪੈਲਰ ਲੱਗਾ ਹੁੰਦਾ, ਇਹਦੇ ਵਿੱਚ ਇੰਪੈਲਰ ਸ਼ਾਫਟ ਹੁੰਦੀ ਆ, ਇਹਦੇ ਵਿੱਚ ਜਿਹੜਾ ਮੀਨਸ ਉਹ ਹੁੰਦਾ ਵਾ ਸੀਲ ਹੁੰਦੀ ਆ, ਇਹਦੇ 'ਚ ਵਾਟਰ ਸੀਲ ਜਿਹਨੂੰ ਕਹਿੰਦੇ ਆ, ਇਹਦੇ 'ਚ ਇੱਕ ਬੈਰਿੰਗ ਹੁੰਦਾ। ਸੋ ਇਹ ਪੰਪ ਜਿਹੜਾ ਸਰਕੂਲੇਸ਼ਨ ਜਿਹੜਾ ਪਾਣੀ ਨੂੰ ਸਰਕੂਲੇਟ ਕਰਨ ਦੇ ਲਈ ਵਾਟਰ ਪੰਪ ਜਿਹੜਾ ਲੁਬਰੀਕੇਸ਼ਨ ਇਹਦੇ 'ਚ ਕੂਲਿੰਗ ਸਿਸਟਮ ਦੇ ਵਿੱਚ ਵਰਤਿਆ ਜਾਂਦਾ, ਠੀਕ ਹੈ ਜੀ। ਹੋਰ ਇਸ ਤੋਂ ਅੱਗੇ ਜੇ ਆਪਾਂ ਵਾਟਰ ਕੂਲਿੰਗ ਸਿਸਟਮ ਦੀ ਗੱਲ ਕਰੀਏ ਤੇ ਜਿਹਦੇ ਵਿੱਚ ਜਿਹੜਾ ਮੀਨਸ ਸਾਡੇ ਥਰਮੋਸਟੇਟ ਵਾਲਵ ਆ, ਇਹ ਵੈਕਸ ਟਾਈਪ ਵੀ ਹੁੰਦਾ, ਇਹ ਬੈਲੋ ਟਾਈਪ ਵੀ ਹੁੰਦਾ। ਮੀਨਸ ਇਹਦਾ ਕੰਮ ਇਹ ਹੁੰਦਾ ਕਿ ਇਹਨੇ ਪਾਣੀ ਦੀ ਗਰਮੀ ਨੂੰ, ਪਾਣੀ ਦੀ ਗਰਮੀ ਦੇ ਨਾਲ ਹੀ ਇਹਨੇ ਬੈਲੋ ਸੁੰਗੜਨਾ ਹੁੰਦਾ, ਪਾਣੀ ਦੀ ਗਰਮੀ ਦੇ ਨਾਲ ਹੀ ਇਹਨੇ ਫੈਲਣਾ ਹੁੰਦਾ ਤੇ ਕਲੋਜ਼ ਹੋਣਾ ਹੁੰਦਾ। ਜਦੋਂ ਤਾਂ ਪਾਣੀ ਦਾ ਟੈਂਪਰੇਚਰ 80 ਤੋਂ ਘੱਟ ਹੈਗਾ, 80 ਸੈਂਟੀਗ੍ਰੇਡ ਤੋਂ, ਤਦ ਇਹਨੇ ਜਿਹੜਾ ਵਾ ਪਾਣੀ ਨੂੰ ਜਿਹੜਾ ਬੰਦ ਰੱਖਣਾ ਵਾ ਤੇ ਪਾਣੀ ਜਿਹੜਾ ਪੰਪ ਨੇ ਜਿਹੜਾ ਇੰਜਨ ਦੇ ਵਿੱਚ ਨਹੀਂ ਜਾਣ ਦੇਣਾ। ਸੋ ਪਾਣੀ ਜਦੋਂ ਟੈਂਪਰੇਚਰ ਜਿਹੜਾ ਪਾਣੀ ਇੰਜਨ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਤਾਂ ਉਦੋਂ 80 ਤੋਂ 85 ਸੈਂਟੀਗ੍ਰੇਡ ਜਦੋਂ ਟੈਂਪਰੇਚਰ ਹੋ ਜਾਂਦਾ, ਜਿਹੜਾ ਸਾਡਾ ਥਰਮੋਸਟੇਟ ਵਾਲਵ ਆ ਉਹ ਖੋਲ ਦਿੰਦਾ ਰਸਤੇ ਨੂੰ। ਜਦੋਂ ਰਸਤੇ ਨੂੰ ਖੋਲ ਦਿੰਦਾ ਤਾਂ ਪਾਣੀ ਸਾਡਾ ਰੇਡੀਏਟਰ ਦੇ ਵਿੱਚੋਂ ਇੰਜਨ ਨੂੰ ਜਾਣਾ ਸ਼ੁਰੂ ਹੋ ਜਾਂਦਾ, ਇੰਜਨ ਦੀ ਜਿਹੜੀ ਹੀਟ ਨੂੰ ਅਬਜ਼ੋਰਬ ਕਰਕੇ ਤੇ ਰੇਡੀਏਟਰ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਹੋ ਜਾਂਦਾ, ਤੇ ਰੇਡੀਏਟਰ ਦੇ ਵਿੱਚ ਜਿਹੜਾ ਪਾਣੀ ਆ ਉਹ ਪੱਖੇ ਦੇ ਦੁਆਰਾ, ਫਿਨਸ ਦੇ ਦੁਆਰਾ, ਕੋਰਸ ਦੇ ਦੁਆਰਾ ਜਿਹੜਾ ਉਹ ਠੰਡਾ ਹੋ ਕੇ ਅੱਪਰ ਟੈਂਕ 'ਚੋਂ ਲੋਅਰ ਟੈਂਕ ਨੂੰ ਹੁੰਦਾ, ਤੇ ਲੋਅਰ ਟੈਂਕ 'ਚੋਂ ਜਿਹੜਾ ਪਾਣੀ ਜਿਹੜਾ ਸਰਕੂਲੇਟ ਹੋ ਕੇ ਫਿਰ ਠੰਡਾ ਹੋ ਕੇ ਇੰਜਨ ਦੇ ਵਿੱਚ ਜਾਂਦਾ। ਇਸ ਤਰ੍ਹਾਂ ਇਹ ਜਿਹੜਾ ਸਰਕੂਲੇਸ਼ਨ ਜਿਹੜਾ ਚੱਲਦਾ ਰਹਿੰਦਾ ਹੈ। ਸੋ ਬਾਕੀ ਵਾਟਰ ਜੈਕਸ ਹੁੰਦੇ ਨੇ, ਸੋ ਕੰਪੋਨੈਂਟਸ ਆਫ ਵਾਟਰ ਕੂਲਿੰਗ ਸਿਸਟਮ ਹੈਗਾ ਤੁਹਾਡੇ ਸਾਹਮਣੇ ਆ ਰਿਹਾ, ਜਿਹਦੇ 'ਚ ਸਾਡਾ ਜਿਹੜਾ ਰੇਡੀਏਟਰ ਹੈਗਾ, ਰੇਡੀਏਟਰ ਦੇ ਵਿੱਚ ਜਿਹਦੇ ਆਪਾਂ ਰੇਡੀਏਟਰ ਦੇ ਪਾਰਟਸਾਂ ਦੀ ਗੱਲ ਕਰਦੇ ਹਾਂ, ਜਿਹੜਾ ਉੱਪਰ ਵਾਲਾ ਭਾਗ ਹੈਗਾ ਇਹਨੂੰ ਆਪਾਂ ਅੱਪਰ ਟੈਂਕ ਕਹਿੰਦੇ ਹਾਂ, ਜਿਹੜਾ ਥੱਲੇ ਵਾਲਾ ਭਾਗ ਹੈ ਇਹਨੂੰ ਲੋਅਰ ਟੈਂਕ ਕਹਿੰਦੇ ਹਾਂ, ਜਿਹੜੀ ਉੱਪਰ ਇਹਦੇ 'ਤੇ ਇੱਕ ਰਬੜ ਦੀਆਂ ਜਿਹੜੀਆਂ ਹੋਜ਼ ਪਾਈਪਸ ਲੱਗਦੀਆਂ ਹੈਗੀਆਂ, ਕਿਉਂਕਿ ਰਬੜ ਇਹ ਜਿਹੜਾ ਗੱਡੀ ਦੇ ਅਗਲੇ ਪਾਸੇ ਲੱਗਾ ਹੁੰਦਾ ਅਤੇ ਰਬੜ ਦੀਆਂ ਹੋਜ਼ ਪਾਈਪਸ ਇਸ ਕਰਕੇ ਲੱਗਦੀਆਂ ਕਿ ਗੱਡੀ ਦੇ ਵਿੱਚ ਜਿਹੜਾ ਵਾਈਬ੍ਰੇਸ਼ਨ ਹੁੰਦੀ ਆ, ਧੜਕਣ ਪੈਦਾ ਹੁੰਦੀ ਆ, ਉਹ ਧੜਕਣ ਦੇ ਨਾਲ ਲੀਕੇਜ ਨਾ ਹੋਏ ਰਬੜ ਦੀਆਂ ਜਿਹੜੀਆਂ ਹੋਜ਼ ਪਾਈਪ ਜਿਹੜੀਆਂ ਦੋ ਹੋਜ਼ ਪਾਈਪ ਲੱਗਦੀਆਂ, ਇੱਕ ਉੱਪਰਲੇ ਪਾਸੇ ਅਤੇ ਇੱਕ ਥੱਲੇ ਵਾਲੇ ਪਾਸੇ। ਸੋ ਜਿਹੜਾ ਅੱਪਰ ਟੈਂਕ ਆ ਅਤੇ ਲੋਅਰ ਟੈਂਕ ਆ, ਇਹਦੇ ਵਿੱਚ ਜਿਹੜੀਆਂ ਆਪਣੀਆਂ ਜਿਹੜੇ ਇਹਨੂੰ ਰਸਤੇ ਨੂੰ ਬੁਲਾਉਂਦੀਆਂ ਹੈਗੀਆਂ, ਇਹਨੂੰ ਰੇਡੀਏਟਰ ਕੋਰਸ ਬੋਲਦੇ ਆ, ਕਾਪਰ ਦਾ ਇਹ ਬਣਿਆ ਹੁੰਦਾ, ਉੱਪਰ ਤੋਂ ਜਿਹੜਾ ਪਾਣੀ ਜਿਹੜਾ ਥੱਲੇ ਨੂੰ ਕੋਰਸ ਦੇ ਥਰੂ ਆਉਂਦਾ, ਅਤੇ ਜਿਹੜੀਆਂ ਛੋਟੀਆਂ ਛੋਟੀਆਂ ਵਿੱਚ ਪੱਤੀਆਂ ਲੱਗੀਆਂ ਹੁੰਦੀਆਂ ਉਹਨੂੰ ਰੇਡੀਏਟਰ ਫਿਨਸ ਬੋਲਦੇ ਆ, ਤਾਂ ਕਿ ਉਹ ਜਿਹੜਾ ਏਅਰ ਦਾ ਜਿਹੜਾ ਕੰਟੈਕਟ ਏਰੀਆ ਨੂੰ ਵਧਾਉਣ ਦੇ ਲਈ ਜਿਹੜਾ ਲੱਗਿਆ ਹੁੰਦਾ, ਠੀਕ ਹੈ ਜੀ। ਸੋ ਰੇਡੀਏਟਰ ਦੇ ਇੱਕ ਥੱਲੇ ਵਾਲੇ ਪਾਸੇ, ਸਭ ਤੋਂ ਥੱਲੇ ਵਾਲੇ ਪਾਸੇ ਇੱਕ ਡਰੇਨ ਪਲੱਗ ਲੱਗਾ ਹੁੰਦਾ। ਸੋ ਅੱਜ ਕੱਲ੍ਹ ਤਾਂ ਜਿਹੜਾ
ਮੀਨਸ ਵਾਟਰ ਕੂਲਿੰਗ ਸਿਸਟਮ ਦੇ ਵਿੱਚ ਜਿਹੜਾ ਕਹਿ ਲਓ ਕਿ ਕੂਲੈਂਟਸ ਵਗੈਰਾ ਪਾਇਆ ਜਾਂਦਾ ਜਿਹੜਾ ਇਹਨੂੰ ਐਂਟੀ ਫ੍ਰੀਜ਼ ਸੋਲੂਸ਼ਨ ਵੀ ਬੋਲਦੇ ਹਾਂ ਕਿ ਇਹ ਪਾਣੀ ਨੂੰ ਜੰਮਣ ਨਹੀਂ ਦਿੰਦਾ ਬਟ ਜਿਹੜਾ ਥੱਲੇ ਵਾਲੇ ਪਾਸੇ ਡਰੇਨ ਪਲੱਗ ਲੱਗਣ ਦਾ ਰੇਡੀਏਟਰ ਦੇ ਲੋਅਰ ਟੈਂਕ ਦੇ ਡਰੇਨ ਪਲੱਗ ਲਾਉਣ ਦਾ ਮੇਨ ਮਕਸਦ ਪੁਰਾਣੀਆਂ ਗੱਡੀਆਂ 'ਚ ਇਹ ਸੀਗਾ ਕਿ ਸਪੋਜ ਅਸੀਂ ਕਿਸੇ ਹਿੱਲ ਸਟੇਸ਼ਨ 'ਤੇ ਜਾਂਦੇ ਹਾਂ ਜਿੱਥੇ ਗਰਮੀ ਨਹੀਂ ਹੁੰਦੀ, ਠੰਡ ਜ਼ਿਆਦਾ ਹੁੰਦੀ ਆ, ਬਰਫ਼ ਪੈਂਦੀ ਆ, ਅਤੇ ਜੇ ਆਪਾਂ ਚੱਲਦੀ ਗੱਡੀ ਨੂੰ ਰਾਤ ਕਿਤੇ ਖੜ੍ਹੀ ਕਰਨੀ ਪੈ ਜਾਵੇ ਅਤੇ ਸਾਡਾ ਜਿਹੜਾ ਸਿਸਟਮ ਦੇ ਵਿੱਚ ਰੇਡੀਏਟਰ ਸਿਸਟਮ ਜਿਹੜੀ ਬਰਫ਼ ਜਿਹੜੀ ਉਹ ਰਾਤ ਜੰਮ ਜਾਏਗੀ ਅਤੇ ਉਹ ਪਾਣੀ ਜਿਹੜਾ ਵਾ ਉਹਦੇ 'ਚ ਜੰਮਣ ਕਰਕੇ ਸਵੇਰੇ ਆਪਾਂ ਇੰਜਨ ਨੂੰ ਸਟਾਰਟ ਕਰਾਂਗੇ ਅਤੇ ਪਾਣੀ ਸਰਕੂਲੇਸ਼ਨ ਹੀ ਹੋਏਗਾ, ਇੰਜਨ ਸਾਡੀ ਗੱਡੀ ਗਰਮ ਹੋ ਸਕਦੀ ਆ, ਚੀਜ਼ ਹੋ ਸਕਦੀ ਆ। ਸੋ ਪਾਣੀ ਨੂੰ ਡਰੇਨ ਕੀਤਾ ਜਾ ਸਕਦਾ ਅਤੇ ਸਵੇਰੇ ਨਵਾਂ ਪਾਣੀ ਪਾ ਕੇ ਅਤੇ ਉਹਨੂੰ ਦੁਬਾਰਾ ਚਲਾਇਆ ਜਾ ਸਕਦਾ। ਪਰ ਅੱਜ ਕੱਲ੍ਹ ਜਿਹੜੀਆਂ ਨਵੀਆਂ ਗੱਡੀਆਂ ਉਹਨਾਂ ਦੇ ਵਿੱਚ ਐਂਟੀ ਫ੍ਰੀਜ਼ ਸੋਲੂਸ਼ਨ ਆਉਂਦਾ ਵਾ ਜਿਹਨੂੰ ਆਪਾਂ ਕੂਲੈਂਟ ਬੋਲਦੇ ਹਾਂ, ਉਹ ਪਾਣੀ ਨੂੰ ਜੰਮਣ ਨਹੀਂ ਦਿੰਦੀਆਂ, ਠੀਕ ਹੈ ਜੀ। ਸੋ ਇੱਕ ਹੁੰਦਾ ਜੀ ਇਹਦਾ ਰੇਡੀਏਟਰ ਦੇ ਉੱਤੇ ਟੋਪ ਦੇ ਉੱਤੇ ਪ੍ਰੈਸ਼ਰ ਕੈਪ। ਪ੍ਰੈਸ਼ਰ ਕੈਪ ਦਾ ਕੀ ਕੰਮ ਹੈਗਾ ਕਿ ਇਹ ਕਰਦੀ ਆ ਕਿ ਇਹ ਜਿਵੇਂ ਆਪਾਂ ਜਾਣਦੇ ਹਾਂ ਸਾਰੇ ਕਿ ਪਾਣੀ ਜਿਹੜਾ ਵਾ 100 ਸੈਂਟੀਗ੍ਰੇਡ 'ਤੇ ਸਾਡਾ ਪਾਣੀ ਉਬਲ ਜਾਂਦਾ ਅਤੇ 0 ਸੈਂਟੀਗ੍ਰੇਡ 'ਤੇ ਜੰਮ ਜਾਂਦਾ। ਸੋ ਪ੍ਰੈਸ਼ਰ ਕੈਪ ਰੇਡੀਏਟਰ ਦੇ ਉੱਤੇ ਦੋ ਕੈਪ ਲੱਗੇ ਹੁੰਦੇ ਆ, ਇੱਕ ਮੀਨਸ ਦੋ ਤਰ੍ਹਾਂ ਦੇ ਕੈਪ ਕਹਿ ਸਕਦੇ ਹਾਂ ਕਿ ਇੱਕ ਤਾਂ ਸਿਰਫ ਜਿਹੜੇ ਮਾੜੇ ਰੇਡੀਏਟਰ ਜਾਂ ਛੋਟੀਆਂ ਗੱਡੀਆਂ ਜਾਂ ਗੱਡੀਆਂ ਦੇ ਵਿੱਚ ਸੀਗੇ ਕਿ ਉਹਦਾ ਸਿਰਫ ਢੱਕਣ ਦਾ ਕੇਮਿੰਗ ਕਰਦੇ ਸੀ। ਸੋ ਪ੍ਰੈਸ਼ਰ ਕੈਪ ਦਾ ਕੰਮ ਆ ਕਿ ਇਹ ਇਹਦੇ ਵਿੱਚ ਰੇਡੀਏਟਰ ਦੇ ਵਿੱਚ ਮੀਨਸ ਪ੍ਰੈਸ਼ਰ ਬਣਾ ਕੇ ਰੱਖਦਾ, 5-7 ਪਾਉਂਡ ਦਾ ਪ੍ਰੈਸ਼ਰ ਬਣਾ ਕੇ ਰੱਖਦਾ, ਜਿਹਦੇ ਨਾਲ ਜਿਹੜਾ ਰੇਡੀਏਟਰ ਦੇ ਵਿੱਚ ਜਿਹੜਾ ਪਾਣੀ ਦਾ ਟੈਂਪਰੇਚਰ ਹੈਗਾ ਉਹ 100 ਸੈਂਟੀਗ੍ਰੇਡ ਤੋਂ ਅਬਾਵ ਹੋ ਜੇ ਅਤੇ ਉਹ ਮਤਲਬ ਉਹਦਾ ਜਿਹੜਾ ਪ੍ਰੈਸ਼ਰ ਜਿਹੜਾ ਉਹਨੂੰ ਰੇਡੀਏਟਰ ਦੇ ਵਿੱਚ ਪਾਣੀ ਦੇ ਉਬਾਲ ਦਰਜੇ ਨੂੰ ਕਹਿਣ ਦਾ ਮਤਲਬ ਕਿ ਵਧਾਉਂਦਾ ਹੈਗਾ, ਠੀਕ ਹੈ ਜੀ। 113 ਸੈਂਟੀਗ੍ਰੇਡ ਤੱਕ ਜਿਹੜਾ ਮੀਨਸ ਪਾਣੀ ਜਿਹੜਾ ਵਾ ਉਹਦੇ 'ਚ ਉਬਾਲ ਸਕਦੇ ਹਾਂ। ਇਹਦੇ ਲਈ ਆਪਾਂ ਪ੍ਰੈਕਟੀਕਲੀ ਜੇ ਆਪਾਂ ਕਹੀਏ ਕਿ ਸਾਡਾ ਐਟਮੋਸਫੇਅਰ ਪ੍ਰੈਸ਼ਰ ਜਿਹੜਾ ਹੈਗਾ ਜੇ ਆਪਾਂ ਥੱਲੇ ਧਰਤੀ ਦੇ ਉੱਤੇ ਪਾਣੀ ਨੂੰ ਮੀਨਸ ਕਰਨ ਡੇ ਆ ਗਰਮ ਤੇ 100 ਸੈਂਟੀਗ੍ਰੇਡ ਤੇ ਉਬਲਦਾ, ਜੇ ਆਪਾਂ ਥੋੜੀ ਜ਼ਮੀਨ ਦੇ ਵਿੱਚ ਡੂੰਘੀ ਜਗ੍ਹਾ ਜਾ ਕੇ ਕਰਾਂਗੇ ਤਾਂ 105 ਸੈਂਟੀਗ੍ਰੇਡ ਤੇ ਉਬਲੇਗਾ, ਜੇ ਆਪਾਂ ਪਹਾੜ ਤੇ ਜਾ ਕਰਾਂਗੇ ਤੇ ਉਹ ਮੀਨਸ ਘੱਟ ਜਿਹੜਾ ਪ੍ਰੈਸ਼ਰ ਤੇ ਟੈਂਪਰੇਚਰ ਤੇ ਉਬਲਣਾ ਸ਼ੁਰੂ ਕਰ ਦੇਗਾ। ਸੋ ਇਹ ਮੇਨ ਮਕਸਦ ਦੇ ਵਿੱਚ ਜਿਹੜਾ ਦੋ ਵਾਲਵ ਲੱਗੇ ਹੁੰਦੇ ਆ, ਸਪਰਿੰਗ ਲੋਡਡ ਵਾਲਵ ਹੁੰਦੇ ਆ, ਜਿਹੜਾ ਪ੍ਰੈਸ਼ਰ ਕੈਪ ਹੁੰਦਾ, ਇੱਕ ਤਾਂ ਇਹਦੇ 'ਚ ਪ੍ਰੈਸ਼ਰ ਬਣਾ ਕੇ ਰੱਖਦਾ, ਦੂਜਾ ਜਦੋਂ ਗੱਡੀ ਠੰਡੀ ਹੋ ਜਾਂਦੀ ਆ, ਗੱਡੀ ਬੰਦ ਕਰ ਦਿੰਦੇ ਆ ਜਦੋਂ ਗੱਡੀ ਠੰਡੀ ਹੁੰਦੀ ਆ, ਸੋ ਐਟਮੋਸਫੇਅਰ ਪ੍ਰੈਸ਼ਰ ਜਿਹੜਾ ਅੰਦਰ ਜਿਹੜਾ ਗਰਮੀ ਜਿਹੜਾ ਇੰਜਨ ਜਿਹੜਾ ਉਹਦੀ ਰੇਡੀਏਟਰ ਜਿਹੜਾ ਠੰਡਾ ਹੋ ਜਾਂਦਾ, ਉਹਦਾ ਪਾਣੀ ਠੰਡਾ ਹੋ ਜਾਂਦਾ, ਸੋ ਉਹਦੇ ਵਿੱਚ ਜਿਹੜਾ ਵੈਕਿਊਮ ਜਿਹੜਾ ਕ੍ਰੀਏਟ ਹੁੰਦਾ ਅਤੇ ਉਹ ਵੈਕਿਊਮ ਜਿਹੜਾ ਐਟਮੋਸਫੇਅਰ ਪ੍ਰੈਸ਼ਰ ਜਿਹੜਾ ਅੰਦਰ ਬਾਹਰ ਦਾ ਜਿਹੜਾ ਹਵਾ ਜਿਹੜੀ ਉਹਨੂੰ ਵੈਕਿਊਮ ਵਾਲਵ ਕਹਿ ਦਿੰਦੇ ਆ, ਅਤੇ ਜਿਹੜਾ ਅੰਦਰ ਜਦੋਂ ਪਾਣੀ ਗਰਮ ਹੋ ਜਾਂਦਾ ਪ੍ਰੈਸ਼ਰ ਬਣਾ ਕੇ ਰਹਿੰਦਾ ਉਹਨੂੰ ਪ੍ਰੈਸ਼ਰ ਕੈਪ ਕਹਿੰਦੇ ਆ। ਦੋ ਕੈਪ ਜਿਹੜੇ ਇਹਦੇ ਵਿੱਚ ਪ੍ਰੈਸ਼ਰ ਕੈਪ ਦੇ ਵਿੱਚ ਲੱਗੇ ਹੁੰਦੇ, ਠੀਕ ਹੈ ਜੀ। ਅਤੇ ਇੱਕ ਆਪਾਂ ਰੇਡੀਏਟਰ ਦੇ ਉੱਤੋਂ ਸਾਈਡ ਲੀਕ ਆਫ ਪਾਈਪ ਵੀ ਨਿਕਲੀ ਹੁੰਦੀ ਆ ਕਿ ਜਦੋਂ ਜਿਹੜਾ ਪਾਣੀ ਜੇ ਜ਼ਿਆਦਾ ਪੈ ਜਾਵੇ ਅਤੇ ਉਹਨੂੰ ਡਰੇਨ ਜਿਹੜਾ ਕੀਤਾ ਜਾ ਸਕੇ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਹੋਰ ਕੀ ਹੁੰਦਾ ਕਿ ਨਵੀਆਂ ਗੱਡੀਆਂ ਦੇ ਵਿੱਚ ਕੂਲੈਂਟ ਲੱਗਾ ਵਾ, ਕੂਲੈਂਟ ਜਿਹੜਾ ਵਾ ਉਹ ਕੂਲੈਂਟ ਟੈਂਕ ਲੱਗਾ ਵਾ, ਅਤੇ ਕੂਲੈਂਟ ਟੈਂਕ ਦਾ ਪਾਣੀ ਜਿਹੜਾ ਰੇਡੀਏਟਰ ਦੇ ਵਿੱਚ ਜਾਂਦਾ ਬਸ ਵਾਪਸ ਵੀ ਜਾਂਦਾ। ਸੋ ਮਨਪ੍ਰੀਤ ਜੀ ਅਗਲੀ ਸਕਰੀਨ ਸ਼ੇਅਰ ਕਰੋ ਕੀ ਆ। ਸੋ ਰੇਡੀਏਟਰ ਦੇ ਵਿੱਚ ਜਿਹੜੀਆਂ ਹੁੰਦੀਆਂ ਸਾਡੀਆਂ ਕੋਰਸ ਹੁੰਦੀਆਂ ਵਾ ਉਹ ਟਿਊਬਲਰ ਹੁੰਦੀਆਂ, ਠੀਕ ਹੈ ਜੀ। ਅਤੇ ਬਾਕੀ ਜਿਹੜਾ ਹੈਗਾ ਵਾ ਕੂਲਿੰਗ ਸਿਸਟਮ ਦੀ ਜੇ ਆਪਾਂ ਹੋਰ ਗੱਲ ਕਰਦੇ ਹਾਂ ਤੇ ਏਅਰ ਕੂਲਿੰਗ ਸਿਸਟਮ ਜਿਹੜਾ ਵਾ ਉਹਦੇ ਵਿੱਚ ਤੁਹਾਨੂੰ ਮੈਂ ਦੱਸ ਸਕਾਂ ਕਿ ਉਹਦੇ ਵਿੱਚ ਕੀ ਹੁੰਦਾ ਕਿ ਫਿਨਸ ਬਣੀਆਂ ਹੁੰਦੀਆਂ ਤੇ ਸਰਵਿਸ ਵਗੈਰਾ ਲਈ ਉਹਦੇ ਨੂੰ ਉਹਨੂੰ ਫਿਨਸ ਨੂੰ ਸਾਫ਼ ਰੱਖਣਾ ਹੁੰਦਾ, ਡਕਟਸ ਨੂੰ ਸਾਫ਼ ਰੱਖਣਾ ਹੁੰਦਾ। ਤੇ ਜੇ ਆਪਾਂ ਵਾਟਰ ਕੂਲਿੰਗ ਸਿਸਟਮ ਦੀ ਗੱਲ ਕਰਦੇ ਹਾਂ ਤੇ ਇਹਨੂੰ ਸਾਫ਼ ਰੱਖਣ ਦੇ ਵਾਸਤੇ ਸਾਨੂੰ ਇਹਨੂੰ ਸਮੇਂ ਸਮੇਂ ਤੇ ਇਹਦੀ ਜਿਹੜੀ ਕੂਲੈਂਟ ਜਿਹੜਾ ਇਹਨੇ ਰੇਡੀਏਟਰ ਵਾ ਉਹਨੂੰ ਸਾਫ਼ ਕਰਨਾ ਪੈਂਦਾ। ਇਹ ਜਿਹੜਾ ਸਾਡੇ ਸਾਹਮਣੇ ਡਰਾਇੰਗ ਹੋਏਗੀ ਇਸ ਟਾਈਮ ਇਹ ਸਾਡੇ ਇੰਜਨ ਏਅਰ ਕੂਲਿੰਗ ਸਿਸਟਮ ਦੇ ਇੰਜਨ ਦੀ ਆ ਤੇ ਇਹ ਅਲਮੀਨੀਅਮ ਦਾ ਬਣਿਆ ਹੁੰਦਾ ਤੇ ਇਹਦੇ ਬਾਹਰ ਫਿਨਸ ਇਸ ਕਰਕੇ ਬਣਾਈਆਂ ਹੈਗੀਆਂ ਕਿ ਹਵਾ ਦਾ ਕੰਡਕਟ ਏਰੀਆ ਵਧਾਇਆ ਜਾ ਸਕੇ। ਸੋ ਇਹਨੂੰ ਜਿਹੜਾ ਇਹਦੇ ਵਿੱਚ ਜਿਹੜੀ ਕੂਲਿੰਗ ਐਫੀਸੈਂਸੀ ਜਿਹੜੀ ਆ ਸਹੀ ਤਰੀਕੇ ਦਾ ਰੱਖਣ ਦੇ ਲਈ ਇਹਨੂੰ ਜਿਹੜੀਆਂ ਇਹਦੇ 'ਚ ਡਕਟਸ ਲੱਗੇ ਹੁੰਦੇ ਆ ਉਹ ਸਹੀ ਹੋਣੇ ਚਾਹੀਦੇ ਆ, ਇਹਦੇ 'ਤੇ ਘੱਟਾ ਵਗੈਰਾ ਨਹੀਂ ਪਿਆ ਹੋਣਾ ਚਾਹੀਦਾ, ਜੇ ਘੱਟਾ ਜਾਂ ਤੇਲ ਪੁਰਾਣੇ ਇੰਜਨ ਦੇ ਉੱਤੇ ਤੇਲ ਲੱਗਾ ਜਾਂ ਘੱਟਾ ਲੱਗਾ ਤਾਂ ਕੂਲਿੰਗ ਐਫੀਸੈਂਸੀ ਘਟੇਗੀ, ਇੰਜਨ ਸੀਜ਼ ਹੋਵੇਗਾ। ਸੋ ਇਹਨੂੰ ਜਿਹੜਾ ਸਮੇਂ ਸਮੇਂ 'ਤੇ ਸਾਫ਼ ਜਿਹੜਾ ਰੱਖਣਾ ਪੈਂਦਾ। ਸੋ ਇਹ ਧਿਆਨ ਰੱਖਣਾ ਪੈਂਦਾ ਜਿਵੇਂ ਸਾਡੇ ਮੋਟਰਸਾਈਕਲ ਹੈਗੇ ਆ ਜਾਂ ਸਕੂਟਰ ਹੈਗੇ, ਇਹਦੇ ਅੱਗੇ ਜਿਹੜੀ ਹਵਾ ਦੀ ਜਿਹੜੀ ਆ ਉਹ ਰੁਕਾਵਟ ਨਾ ਹੋਵੇ ਕਿਸੇ ਕਿਸਮ ਦੀ। ਆਮ ਤੌਰ 'ਤੇ ਤੁਸੀਂ ਮੋਟਰਸਾਈਕਲਾਂ 'ਤੇ ਦੇਖਿਆ ਹੋਗਾ ਕਿ ਕਈਆਂ ਨੇ ਸਰਦੀਆਂ ਦੇ ਵਿੱਚ ਜਿਹੜੇ ਲੈਗਸ ਗਾਰਡ ਹੁੰਦੇ ਆ ਉਹਨਾਂ ਦੇ ਉੱਤੇ ਕੱਪੜਾ ਪਾਇਆ ਹੁੰਦਾ ਜਾਂ ਲੈਗਸ ਗਾਰਡ ਦੇ ਉੱਤੇ ਕਈ ਹੁੰਦੇ, ਤਾਂ ਉਹਦੇ ਨਾਲ ਕੀ ਹੁੰਦਾ ਇੰਜਨ 'ਤੇ ਜਿਹੜਾ ਉਹਦੇ ਡਾਇਰੈਕਟ ਹਵਾ ਨਹੀਂ ਪੈਂਦੀ ਅਤੇ ਹਵਾ ਨਾ ਪੈਣ ਕਰਕੇ ਇੰਜਨ ਜਿਹੜਾ ਗਰਮ ਚੱਲੇਗਾ, ਠੀਕ ਹੈ ਜੀ। ਹੋਰ ਇਸ ਤੋਂ ਅੱਗੇ ਮੀਨਸ ਇਹ ਸਾਰਾ ਫੋਰਸ ਜਿਹੜਾ ਹੈਗਾ ਰੇਡੀਏਟਰ ਸਿਸਟਮ ਸੀਗਾ, ਰੇਡੀਏਟਰ ਕੂਲਿੰਗ ਸਿਸਟਮ ਸੀ।
ਤੇ ਵਾਟਰ ਕੂਲਿੰਗ ਸਿਸਟਮ ਤੇ ਏਅਰ ਕੂਲਿੰਗ ਸਿਸਟਮ। ਤੇ ਜੇ ਆਪਾਂ ਵਾਟਰ ਕੂਲਿੰਗ ਸਿਸਟਮ ਦੀ ਜੇ ਏਅਰ ਕੂਲਿੰਗ ਸਿਸਟਮ ਦੇ ਵਿੱਚ ਐਡਵਾਂਟੇਜ ਦੀ ਗੱਲ ਕਰਦੇ ਹਾਂ ਤੇ ਇਹਦੇ ਸਾਡੇ ਐਡਵਾਂਟੇਜ ਇਹ ਹੈਗੇ ਕਿ ਇਹਨੂੰ ਸਾਡਾ ਜਿਹੜਾ ਬਣਾਉਣਾ ਜਿਹੜਾ ਵਾ ਮੈਨੂਫੈਕਚਰ ਨੂੰ ਇੰਜਨ ਜਿਹੜਾ ਸੌਖਾ ਹੈਗਾ, ਇਹਦੇ ਵਿੱਚ ਜਿਹੜੇ ਪਾਰਟਸ ਜਿਹੜੇ ਆ ਉਹ ਘੱਟ ਲੱਗਦੇ ਹੈਗੇ ਆ। ਸੋ ਹੋਰ ਇਹਦੇ ਵਿੱਚ ਜਿਹੜਾ ਮੀਨਸ ਤਰੁੱਟੀਆਂ ਵੀ ਹੈਗੀਆਂ, ਜਿਸ ਕੋਈ ਵੀ ਚੀਜ਼ ਆ ਦੁਨੀਆਂ ਦੀ ਉਹਦੇ ਐਡਵਾਂਟੇਜ ਵੀ ਹੁੰਦੇ ਆ ਡਿਸਐਡਵਾਂਟੇਜ ਵੀ ਹੁੰਦੇ ਆ। ਸੋ ਜੇ ਇਹਦੀਆਂ ਤਰੁੱਟੀਆਂ ਦੀ ਗੱਲ ਕਰਦੇ ਹਾਂ ਕਿ ਇਹਦੀ ਜਿਹੜੀ ਕੂਲਿੰਗ ਐਫੀਸ਼ੀਐਂਸੀ ਜਿਹੜੀ ਐਡੀ ਵਧੀਆ ਨਹੀਂ ਹੈਗੀ, ਤੇ ਇਹ ਜਿਹੜਾ ਹੈਗਾ ਕੂਲਿੰਗ ਸਿਸਟਮ ਵਧੀਆ ਮਤਲਬ ਗਰਮ ਵੀ ਜਲਦੀ ਹੋ ਜਾਂਦਾ ਜਦੋਂ ਲੌਂਗ ਟਾਈਮ ਚਲਾਵਾਂਗੇ ਆਪਾਂ ਇਹਨੂੰ 100 ਕਿਲੋਮੀਟਰ ਲਗਾਤਾਰ ਚਲਾਵਾਂਗੇ ਇਹ ਜਿਹੜਾ ਗਰਮ ਵੀ ਮਹਿਸੂਸ ਹੋਏਗਾ ਇੰਜਨ। ਸੋ ਜੇ ਵਾਟਰ ਕੂਲਿੰਗ ਸਿਸਟਮ ਦੀਆਂ ਆਪਾਂ ਕਰਦੇ ਹਾਂ ਗੱਲ, ਤੇ ਵਾਟਰ ਕੂਲਿੰਗ ਸਿਸਟਮ ਦੇ ਵਿੱਚ ਐਡਵਾਂਟੇਜ ਇਹ ਹੈ ਕਿ ਵਾਟਰ ਕੂਲਿੰਗ ਸਿਸਟਮ ਜਿਹੜਾ ਇਹਦਾ ਜਿਹੜਾ ਵਾ ਆਵਾਜ਼ ਘੱਟ ਹੁੰਦੀ ਹੈ, ਇਹਦੇ ਵਿੱਚ ਜਿਹੜਾ ਇੰਜਨ ਦੀ ਆਵਾਜ਼ ਨੂੰ ਵੀ ਘੱਟ ਕਰਦਾ, ਵਾਟਰ ਪਾਣੀ ਜਿਹੜਾ ਸਰਕੂਲੇਟ ਕਰਦਾ। ਸੋ ਵਾਟਰ ਕੂਲਿੰਗ ਸਿਸਟਮ ਦੇ ਵਿੱਚ ਗੇਜ਼ ਵੀ ਲੱਗੀ ਹੁੰਦੀ ਆ ਜਿਹੜੀ ਰੇਡੀਏਟਰ ਟੈਂਪਰੇਚਰ ਦਾ ਜਿਹੜਾ ਵਾ ਪਾਣੀ ਦਾ ਉਹ ਗੱਡੀ ਦੇ ਡੈਸ਼ਬੋਰਡ ਦੇ ਉੱਤੇ ਵਾਟਰ ਗੇਜ਼ ਦੁਆਰਾ ਵੀ ਦਰਸਾਇਆ ਜਾਂਦਾ ਕਿ ਗੱਡੀ ਦਾ ਟੈਂਪਰੇਚਰ ਕਿੰਨਾ। ਇਸ ਤਰ੍ਹਾਂ ਦੀ ਜਿਹੜੀ ਆ ਏਅਰ ਕੂਲਿੰਗ ਸਿਸਟਮ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਕਿ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਵਾਟਰ ਗੇਜ਼ ਜਿਹੜੀ ਆ ਗੇਜ਼ ਜਿਹੜੀ ਆ ਉਹ ਨਹੀਂ ਲੱਗੀ ਹੁੰਦੀ। ਬਾਕੀ ਜਿਹੜੇ ਐਡਵਾਂਟੇਜ ਇਹਦੇ ਵਿੱਚ ਜਿਹੜੇ ਡਿਸਐਡਵਾਂਟੇਜ ਇਹ ਆ ਕਿ ਇਹਨੂੰ ਬਣਾਉਣਾ ਜਿਹੜਾ ਮੀਨਸ ਪਚੀਦਾ ਹੈਗਾ ਵਾ ਜਿਹੜਾ ਵਾਟਰ ਕੂਲਿੰਗ ਸਿਸਟਮ ਦੇ ਵਿੱਚ ਕਿ ਪਚੀਦਾ ਹੈਗਾ ਹੈ, ਇਹਦੀ ਜਿਹੜੀ ਕਾਸਟਿੰਗ ਪਚੀਦਾ ਹੈਗੀ ਆ ਕਿਉਂਕਿ ਇਹਦੇ ਵਿੱਚ ਵਾਟਰ ਟੈਕਸ ਵਗੈਰਾ ਰੱਖਣੇ ਪੈਂਦੇ ਆ, ਇਹਦੇ ਵਿੱਚ ਪਾਣੀ ਲੰਘਣ ਵਾਸਤੇ ਰਸਤੇ ਰੱਖਣੇ ਪੈਂਦੇ ਆ। ਸੋ ਇਹਦੀ ਸਰਵਿਸਿੰਗ ਦੀ ਜੇ ਗੱਲ ਕਰਦੇ ਹਾਂ ਕੂਲਿੰਗ ਸਿਸਟਮ ਦੀ, ਤੇ ਕੂਲੈਂਟ ਇਹਦਾ ਜਿਹੜਾ ਚੇਂਜ ਕਰਨਾ ਪੈਂਦਾ ਸਮੇਂ ਸਮੇਂ ਤੇ, ਇਹਦੇ ਵਿੱਚ ਪਾਣੀ ਰੱਖ ਰਖਾਓ ਦੀ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਜਿਹੜਾ ਪਾਣੀ ਵਗੈਰਾ ਜਿਹੜਾ ਵਾ ਸਮੇਂ ਸਮੇਂ ਤੇ ਚੈੱਕ ਕਰਨਾ ਪੈਂਦਾ ਕਿ ਪਾਣੀ ਜਿਹੜਾ ਜਾਂ ਕੂਲੈਂਟ ਉਹਦੇ 'ਚ ਪੂਰਾ ਹੋਣਾ ਚਾਹੀਦਾ, ਘੱਟ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਸੋ ਬਾਕੀ ਆ ਡਰਾਇੰਗ ਆ ਤੁਹਾਡੇ ਫਿਊਲ ਸਿਸਟਮ ਦੀ ਡਰਾਇੰਗ ਆ ਸਾਹਮਣੇ ਕਿ ਫਿਊਲ ਸਿਸਟਮ ਕਿੱਧਰੋਂ ਆਉਂਦਾ ਕਿੱਥੋਂ ਕਿਵੇਂ ਕਿਵੇਂ ਜਿਹੜਾ ਇੰਜਨ ਦੇ ਵਿੱਚ ਸਰਕੂਲੇਟ ਕਰਕੇ ਤੇ ਜਿਹੜਾ ਅੱਗੇ ਜਾਂਦਾ। ਜੇ ਲੁਬਰੀਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ, ਅਗਲਾ ਸਾਡਾ ਚੈਪਟਰ ਸੀਗਾ ਲੁਬਰੀਕੇਸ਼ਨ ਸਿਸਟਮ, ਇੱਕ ਸੀ ਮੀਨਸ ਕੂਲਿੰਗ ਸਿਸਟਮ ਤੇ ਨੈਕਸਟ ਸੀਗਾ ਲੁਬਰੀਕੇਸ਼ਨ ਸਿਸਟਮ। ਲੁਬਰੀਕੇਸ਼ਨ ਸਿਸਟਮ ਦੇ ਵਿੱਚ ਤੁਸੀਂ ਆ ਸਾਹਮਣੇ ਪਿਕਚਰ ਦੇਖ ਸਕਦੇ ਹੋ ਕਿ ਜਿਹੜਾ ਸਾਡਾ ਜੇ ਆਪਾਂ ਸਪੋਜ਼ਲੀ ਆਪਾਂ ਹੱਥਾਂ ਨੂੰ ਇੱਕ ਦੂਜੇ ਦੇ ਨਾਲ ਵਲਾਂਗੇ ਤੇ ਫ੍ਰਿਕਸ਼ਨ ਪੈਦਾ ਹੋਏਗੀ, ਰਗੜ ਪੈਦਾ ਹੋਏਗੀ, ਗਰਮੀ ਪੈਦਾ ਹੋਏਗੀ। ਇਸ ਤਰ੍ਹਾਂ ਧਾਤਾਂ ਦੇ ਬਣੇ ਪਾਰਟਸ ਜਿਹੜੇ ਹੈਗੇ ਆ ਉਹ ਜਦੋਂ ਇੱਕ ਦੂਜੇ ਦੇ ਨਾਲ ਚਾਹੇ ਕਿੰਨੇ ਵੀ ਹੋਣੇ ਕੀਤੇ ਹੋਣ, ਚਾਹੇ ਜਿੰਨੇ ਵੀ ਪਾਲਿਸ਼ ਕੀਤੇ ਹੋਣ, ਜਿੰਨੇ ਮਰਜ਼ੀ ਪਤਲੇ ਕੀਤੇ ਹੋਣ, ਕੀ ਹੁੰਦਾ ਕਿ ਉਹਨਾਂ ਦੇ ਵਿੱਚ ਜਿਹੜੇ ਆ ਉਹ ਇੱਕ ਦੂਜੇ ਨੂੰ ਪਕੜਨ ਦੀ ਕੋਸ਼ਿਸ਼ ਕਰਨਗੇ, ਫ੍ਰਿਕਸ਼ਨ ਪੈਦਾ ਕਰਨਗੇ। ਫ੍ਰਿਕਸ਼ਨ ਨੂੰ ਘੱਟ ਕਰਨ ਦੇ ਲਈ ਕੀ ਹੁੰਦਾ, ਉਹਦੇ ਵਿੱਚ ਲੁਬਰੀਕੇਸ਼ਨ ਸਿਸਟਮ ਜਿਹੜਾ ਇੰਜਨ ਦੇ ਵਿੱਚ ਵਰਤਿਆ ਜਾਂਦਾ। ਲੁਬਰੀਕੇਸ਼ਨ ਸਿਸਟਮ ਦਾ ਕੰਮ ਹੈ ਕਿ ਉਹ ਚੱਲਣ ਵਾਲੇ ਪਾਰਟਸਾਂ ਨੂੰ ਲੁਬਰੀਕੇਟ ਕਰਨਾ ਤਾਂ ਕਿ ਉਹ ਆਰਾਮ ਦੇ ਨਾਲ ਚੱਲ ਸਕਣ, ਠੀਕ ਹੈ ਜੀ। ਸੋ ਲੁਬਰੀਕੇਸ਼ਨ ਸਿਸਟਮ ਦੇ ਵਿੱਚ ਕਿਹੜੇ ਪਾਰਟਸ ਆਉਂਦੇ ਆ, ਕਿਵੇਂ ਕੰਮ ਕਰਦੇ ਆ, ਕਿਹੜਾ ਜਿਹੜਾ ਤੇਲ ਪੈਂਦਾ ਵਾ ਉਹਦੇ ਵਿੱਚ ਲੁਬਰੀਕੇਸ਼ਨ ਆਇਲ ਕਿੰਨੇ SAE ਦਾ ਹੁੰਦਾ ਵਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਕਿ ਮੇਨ ਜਿਹੜਾ ਲੁਬਰੀਕੇਸ਼ਨ ਜਿਹੜਾ ਹੈਗਾ ਵਾ ਇਹ ਸਿਸਟਮ ਦੇ ਵਿੱਚ ਇਹ ਮੀਨਸ ਡਰੇਨ ਸੰਪ ਲੁਬਰੀਕੇਸ਼ਨ ਹੁੰਦਾ, ਸਪਲੈਸ਼ ਸਿਸਟਮ ਲੁਬਰੀਕੇਸ਼ਨ ਹੁੰਦਾ, ਪ੍ਰੈਸਰਾਈਜ਼ਡ ਲੁਬਰੀਕੇਸ਼ਨ ਸਿਸਟਮ ਹੁੰਦਾ। ਸੋ ਇਹ ਜਿਹੜਾ ਵੱਖ ਵੱਖ ਪ੍ਰਕਾਰ ਦਾ ਕਿੰਨੇ ਪ੍ਰਕਾਰ ਦੇ ਨਾਲ ਜਿਹੜੇ ਲੁਬਰੀਕੇਸ਼ਨ ਹੁੰਦੇ ਆ, ਜੇ ਆਪਾਂ ਸਟੇਸ਼ਨਰੀ ਇੰਜਣਾਂ ਦੀ ਗੱਲ ਕਰਦੇ ਜਿਹੜੇ ਛੋਟੇ ਇੰਜਣ ਹੱਥੇ ਵਾਲੇ ਇੰਜਣ ਜਿਹਨੂੰ ਹੈਂਡਲ ਦੇ ਨਾਲ ਸਟਾਰਟ ਹੁੰਦੇ ਜਿਹੜੇ ਖੇਤਾਂ 'ਚ ਕੰਮ ਕਰਦੇ ਆ, ਉਹ ਇੰਜਣ ਜਿਹੜੇ ਆ ਸਪਲੈਸ਼ ਟਾਈਪ ਹੁੰਦੇ ਆ, ਮਤਲਬ ਉਹਦੇ ਵਿੱਚ ਕਰੈਂਕ ਦੇ ਉੱਤੇ ਇੱਕ ਕੱਪ ਜਿਹਾ ਲੱਗਾ ਹੁੰਦਾ, ਉਹ ਤੇਲ ਨੂੰ ਚੱਕ ਕੇ ਉੱਪਰ ਮਾਰਦਾ ਤੇ ਜਿਹਦੇ ਨਾਲ ਇੰਜਨ ਦੀ ਜਿਹੜੇ ਅੰਦਰ ਦੇ ਪਾਸੇ ਚਾਹੇ ਉਹਦੀ ਕਰੈਂਕ ਸ਼ਾਫਟ ਆ, ਚਾਹੇ ਉਹਦੀ ਕਨੈਕਟਿੰਗ ਰੋਡ ਆ, ਚਾਹੇ ਗਜ਼ਨ ਪਿੰਨ ਵਾ, ਚਾਹੇ ਉਹਦੀ ਸਿਲੰਡਰ ਦੀਵਾਰ ਆ, ਉਹ ਸਪਲੈਸ਼ ਦੇ ਦੁਆਰਾ ਹੀ ਮੀਨਸ ਉਹ ਜਿਹੜੀ ਲੁਬਰੀਕੇਟ ਹੁੰਦੀ ਹੈਗੀ ਆ। ਸੋ ਜੇ ਆਪਾਂ ਕਰਦੇ ਹਾਂ ਗੱਲ ਦੂਸਰੇ ਇੰਜਣਾਂ ਦੀ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਪ੍ਰੈਸ਼ਰਾਈਡ ਜਿਹੜਾ ਇੰਜਣ ਵਾ ਪ੍ਰੈਸ਼ਰਾਈਡ ਇੰਜਨ ਦੇ ਵਿੱਚ ਲੱਗਾ ਹੁੰਦਾ, ਮੀਨਸ ਸਾਡੇ ਜਿਹੜਾ ਪੰਪ ਲੱਗਾ ਹੁੰਦਾ ਜਿਹੜਾ ਪੰਪ ਜਿਹੜਾ ਆਇਲ ਨੂੰ ਖਿੱਚਦਾ ਹੈਗਾ। ਉਸ ਤੋਂ ਪਹਿਲਾਂ ਮੈਂ ਥੋੜ੍ਹਾ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਹੁੰਦਾ ਸਾਡਾ ਜਿਹੜੇ ਜਿਵੇਂ ਕਿ ਤੁਸੀਂ ਆਪਣੇ ਮੋਟਰਸਾਈਕਲ ਪੰਪ ਜਿਹੜਾ ਵਾ ਇਹ ਸੰਪ ਦੇ ਵਿੱਚ ਲੱਗਾ ਹੁੰਦਾ ਜੀ, ਇੰਜਨ ਦਾ ਸਭ ਤੋਂ ਹਿੱਸੇ ਥੱਲੇ ਵਾਲਾ ਭਾਗ ਆ ਸੰਪ, ਆਇਲ ਸੰਪ। ਆਇਲ ਸੰਪ ਦੇ ਵਿੱਚ ਜਿਹੜਾ ਪੰਪ ਵਾ ਉਹ ਤੇਲ ਨੂੰ ਖਿੱਚ ਕੇ ਤੇ ਇੰਜਨ ਦੇ ਵੱਖ ਵੱਖ ਪਾਰਟਸਾਂ ਨੂੰ ਲੁਬਰੀਕੇਸ਼ਨ ਕਰਦਾ ਹੋਇਆ ਉੱਪਰ ਤੱਕ ਤੇਲ ਆਇਲ ਗੈਲਰੀ 'ਚ ਭੇਜਦਾ। ਜਿਵੇਂ ਤੁਸੀਂ ਡਰਾਇੰਗ ਦੇਖ ਰਹੇ ਹੋ ਸਭ ਤੋਂ ਥੱਲੇ ਵਾਲੇ ਪਾਸੇ ਆਇਲ ਸੰਪ ਆ,
ਆਇਲ ਸੰਪ ਦੇ ਉੱਤੇ ਜਿਹੜਾ ਥੱਲੇ ਸਟ੍ਰੇਨਰ ਲੱਗਾ, ਸਟ੍ਰੇਨਰ ਦਾ ਮਤਲਬ ਜਾਲੀ ਜਿਹੜਾ ਡਸਟ ਪਾਰਟੀਕਲ ਨੂੰ ਰੋਕਦਾ ਹੈਗਾ, ਉਸ ਤੋਂ ਅੱਗੇ ਪੰਪ ਵਾ, ਪੰਪ ਜਿਹੜਾ ਉਸਨੂੰ ਅੱਗੇ ਜਿਹੜਾ ਸਰਕੂਲੇਟ ਕਰਦਾ ਹੈਗਾ। ਪੰਪ ਜਦੋਂ ਸਰਕੂਲੇਟ ਕਰਦਾ ਤੇ ਆਇਲ ਨੂੰ ਖਿੱਚ ਕੇ ਜਦੋਂ ਪੰਪ ਇੰਜਨ ਦੇ ਕ੍ਰੈਂਕ ਸ਼ਾਫਟ ਨੂੰ, ਮੇਨ ਜਨਰਲ ਨੂੰ, ਕੇਮ ਸ਼ਾਫਟ ਨੂੰ, ਆਇਲ ਗੈਲਰੀ ਦੇ ਵਿੱਚ ਤੇਲ ਨੂੰ ਪ੍ਰੈਸ਼ਰ ਦੇ ਨਾਲ ਭੇਜਦਾ ਹੈ। ਸੋ ਪ੍ਰੈਸ਼ਰ ਦੇ ਨਾਲ ਭੇਜਿਆ ਹੋਇਆ ਤੇਲ ਜਿਹੜਾ ਇੱਕ ਤਾਂ ਮੀਨਸ ਇਹਨੂੰ ਲੁਬਰੀਕੇਟ ਕਰਦਾ ਚੱਲਣ ਵਾਲੇ ਪਾਰਟਸਾਂ ਨੂੰ, ਪਲੱਸ ਦੂਜਾ ਕੰਮ ਇਹ ਕਰਦਾ ਇਹਦੀ ਕੂਲਿੰਗ ਵੀ ਕਰਦਾ ਇੰਜਨ ਦੀ। ਜਿਹੜਾ ਜਿਹੜੇ ਪਾਰਟਸਾਂ ਦੇ ਵਿੱਚ ਫ੍ਰਿਕਸ਼ਨ ਪੈਦਾ ਹੁੰਦੀ, ਰਗੜ ਪੈਦਾ ਹੁੰਦੀ, ਜਿਹੜੀ ਹੀਟ ਪੈਦਾ ਹੁੰਦੀ ਆ, ਉਹ ਹੀਟ ਦੇ ਵਿੱਚੋਂ ਉਹਨੂੰ ਹੀਟ ਨੂੰ ਵੀ ਇੰਜਨ ਦੇ ਵਿੱਚੋਂ ਬਾਹਰ ਕੱਢ ਕੇ ਲਿਆਉਂਦਾ। ਸੋ ਇਹ ਲੁਬਰੀਕੇਸ਼ਨ ਆਇਲ ਸਭ ਤੋਂ ਜਿਹੜਾ ਥੱਲੇ ਵਾਲੇ ਪਾਸੇ ਆਇਲ ਸੰਪ ਦੇ ਵਿੱਚ ਹੁੰਦਾ। ਜਿਹੜਾ ਲੁਬਰੀਕੇਸ਼ਨ ਆਇਲ ਗੱਡੀਆਂ ਦੇ ਵਿੱਚ ਵਰਤਿਆ ਜਾਂਦਾ, ਐਸਏ 40 ਦਾ ਵਰਤਿਆ ਜਾਂ ਸੋਸਾਇਟੀ ਆਫ ਆਟੋ ਆਇਲ ਇੰਜੀਨੀਅਰਿੰਗ ਜਿਹੜਾ ਇਹਦੀ ਗ੍ਰੇਡਿੰਗ ਕਰਦੀ ਆ, ਜਿਹਨੂੰ ਜਿੰਨੇ 40 ਦਾ, 50 ਦਾ, 60 ਦਾ, 70 ਦਾ, ਜਿੱਦਾਂ ਜਿੱਦਾਂ ਨੰਬਰ ਵੱਧਦਾ ਜਾਂਦਾ ਉੱਦਾਂ ਉੱਦਾਂ ਜਿਹੜਾ ਇਹਦਾ ਮੀਨਸ ਇਹ ਤੇਲ ਜਿਹੜਾ ਵਾ ਉਹ ਗਾੜਾ ਹੁੰਦਾ ਜਾਂਦਾ। ਸੋ ਆਮ ਤੌਰ ਤੇ ਇੰਜਣਾਂ ਦੇ ਵਿੱਚ ਐਸਏ 40 ਦਾ ਜਿਹੜਾ ਤੇਲ ਦਾ ਉਹ ਵਰਤਿਆ ਜਾਂਦਾ, ਡੀਜ਼ਲ ਇੰਜਣਾਂ 15-40 ਦਾ ਵੀ ਵਰਤਿਆ ਜਾਂਦਾ। ਸੋ ਮੌਸਮ ਦੇ ਅਨੁਸਾਰ ਵੀ ਤੇਲ ਜਿਹੜਾ ਵੱਖੇ ਵੱਖੇ ਸਮਿਆਂ ਦੇ, ਸਰਦੀਆਂ ਦੇ ਵਿੱਚ ਥੋੜਾ ਪਤਲਾ ਵਰਤਿਆ ਜਾਂਦਾ, ਗਰਮੀਆਂ ਦੇ ਵਿੱਚ ਥੋੜਾ ਗਾੜਾ, ਸੋਰੀ ਸਰਦੀਆਂ ਦੇ ਵਿੱਚ ਥੋੜਾ ਪਤਲਾ ਤੇ ਗਰਮੀਆਂ ਦੇ ਵਿੱਚ ਥੋੜਾ ਗਾੜਾ ਤੇਲ ਜਿਹੜਾ ਵਰਤਿਆ ਜਾਂਦਾ। ਸੋ ਇਹ ਲੁਬਰੀਕੇਸ਼ਨ ਆਇਲ ਜਿਹੜਾ ਮੀਨਸ ਸਪਲੈਸ਼ ਟਾਈਪ ਹੋ ਗਿਆ, ਪੰਪ ਸਰਕੂਲੇਸ਼ਨ ਟਾਈਪ ਹੋ ਗਿਆ, ਇੱਕ ਹੁੰਦਾ ਡਰਾਈ ਸੰਪ ਸਿਸਟਮ ਲੁਬਰੀਕੇਸ਼ਨ ਦੇ ਵਿੱਚ। ਆਮ ਤੁਸੀਂ ਦੇਖਿਆ ਹੋਗਾ ਪੈਟਰੋਲ ਇੰਜਨਾਂ ਦੇ ਵਿੱਚ ਜਿਹੜਾ ਹੁੰਦਾ ਤੇਲ, ਜਿਵੇਂ ਆਪਾਂ ਸਕੂਟਰ ਹੁੰਦੇ ਸੀ ਸਾਡੇ ਤੋਂ ਪਹਿਲਾਂ, ਤੇ ਸਕੂਟਰਾਂ ਦੇ ਵਿੱਚ ਆਪਾਂ ਤੇਲ ਪਾਉਂਦੇ ਸੀ ਪੈਟਰੋਲ, ਤੇ ਪੈਟਰੋਲ ਦੇ ਨਾਲ ਪਲੱਸ ਆਪਾਂ ਲੁਬਰੀਕੇਸ਼ਨ ਆਇਲ ਵੀ ਪਾਉਂਦੇ ਸੀ ਥੋੜਾ ਜਿਹਾ। ਉਹਦਾ ਕੀ ਕਾਰਨ ਸੀ ਕਿ ਜਿਹੜਾ ਸਾਡਾ 2-stroke ਇੰਜਨ ਹੈਗੇ ਆ ਉਹਨਾਂ ਦਾ ਜਿਹੜਾ ਡਰਾਈ ਸੰਪ ਸਿਸਟਮ ਹੁੰਦਾ, ਉਹਨਾਂ ਦਾ ਜਿਹੜਾ ਜਿਹੜਾ ਥੱਲੇ ਵਾਲਾ ਭਾਗ ਜਿਹਨੂੰ ਕਹਿ ਦਿੰਦੇ ਆਪਾਂ ਕਿ ਜਿਹਦੇ ਵਿੱਚ ਕ੍ਰੈਂਕ ਹੁੰਦੀ ਆ, ਜਿਹੜਾ ਆਇਲ ਸੰਪ ਹੁੰਦਾ ਵਾ, 2-stroke ਦੀ ਡਿਜ਼ਾਇਨਿੰਗ ਤੇ ਵਰਕਿੰਗ ਇਸ ਤਰ੍ਹਾਂ ਦੀ ਹੁੰਦੀ ਆ ਕਿ ਉਹ ਖੁਸ਼ਕ ਰੱਖਿਆ ਜਾਂਦਾ। ਸੋ ਖੁਸ਼ਕ ਰੱਖਣ ਕਰਕੇ ਪੈਟਰੋਲ ਦੇ ਵਿੱਚ ਜਿਹੜਾ ਵਾ 2-stroke ਦੇ ਵਿੱਚ ਤੇਲ ਜਿਹੜਾ ਜਦੋਂ ਪੈਟਰੋਲ ਪਾਉਂਦੇ ਆ, ਪੈਟਰੋਲ ਦੇ ਵਿੱਚ ਕੁਝ ਜਿਹੜੀ ਆ ਮਾਤਰਾ ਜਿਹੜੀ ਲੁਬਰੀਕੇਸ਼ਨ ਆਇਲ ਦੀ ਪਾਈ ਜਾਂਦੀ ਆ, ਮਿਕਸ ਕੀਤੀ ਜਾਂਦੀ ਆ, ਕਿਉਂਕਿ ਉਹਦੇ ਚ ਹਵਾ ਜਿਹੜੀ, ਹਵਾ ਤੇ ਪੈਟਰੋਲ ਦਾ ਮਿਕਸਚਰ ਕ੍ਰੈਂਕ ਇਸ ਥਾਣੀ ਹੋ ਕੇ ਜਾਣਾ ਹੁੰਦਾ, ਤੇ ਜਦੋਂ ਕ੍ਰੈਂਕ ਉਸ ਥਾਣੀ ਹੋ ਕੇ ਜਾਣਾ ਹੁੰਦਾ ਤੇ ਉਹ ਹਵਾ ਤੇ ਪੈਟਰੋਲ ਦੇ ਮਿਕਸਚਰ ਦੇ ਵਿੱਚ ਕੁਝ ਮਾਤਰਾ ਜਿਹੜੀ ਲੁਬਰੀਕੇਸ਼ਨ ਆਇਲ ਦੀ ਹੋਏਗੀ, ਤੇ ਉਹ ਕ੍ਰੈਂਕ ਦੇ ਮੇਨ ਜਨਰਲ ਨੂੰ, ਇੰਜਨ ਦੀ ਸਾਡੀ ਸਿਲੰਡਰ ਦੀਵਾਰ ਨੂੰ, ਕਜ਼ਨ ਪਿਨ ਨੂੰ, ਪਿਸਟਨ ਨੂੰ ਲੁਬਰੀਕੇਟ ਕਰੇਗੀ। ਜਿਵੇਂ ਆਪਾਂ ਸਰਦੀਆਂ ਦੇ ਵਿੱਚ ਚੱਲਦੇ ਹਾਂ ਤੇ ਸਰਦੀਆਂ 'ਚ ਆਪਾਂ ਸਪੋਜ ਆਪਾਂ ਰੋਡ ਤੇ ਚੱਲਦੇ ਹਾਂ ਤੇ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਸਾਡੇ ਮੂੰਹ ਦੇ ਉੱਤੇ ਵੀ ਮੀਨਸ ਪਾਣੀ ਜੰਮ ਜਾਂਦਾ ਛੋਟਾ ਛੋਟਾ। ਇਸੇ ਤਰ੍ਹਾਂ ਇੰਜਨ ਦੇ ਵਿੱਚ ਜਦੋਂ ਇੰਜਨ ਜਿਹੜਾ ਇਹ ਜਿਹੜਾ ਪੈਟਰੋਲ ਇਹ ਤਾਂ ਹੁੰਦਾ ਖੁਸ਼ਕ, ਜਿਹਨੂੰ ਆਪਾਂ ਡਰਾਈ ਕਹਿ ਦਿੰਦੇ ਹਾਂ, ਪਲੱਸ ਇਹਦੇ ਵਿੱਚ ਲੁਬਰੀਕੇਸ਼ਨ ਵਾਸਤੇ ਜੇ ਖੁਸ਼ਕ ਪੈਟਰੋਲ ਹੀ ਕ੍ਰੈਂਕ ਇਸ ਥਾਣੀ ਲੰਘੇਗਾ ਤੇ ਸਾਡੇ ਦਾਣੇ ਜਿਹੜੇ ਧਾਤਾਂ ਦੇ ਬਣੇ ਪਾਰਟਸ ਆ ਉਹ ਸੀਜ਼ ਹੋ ਜਾਣਗੇ, ਉਹ ਖਰਾਬ ਹੋ ਜਾਣਗੇ। ਇਸ ਕਰਕੇ ਉਹਦੇ ਵਿੱਚ ਕੁਛ ਮਾਤਰਾ ਜਿਹੜੀ ਲੁਬਰੀਕੇਸ਼ਨ ਆਇਲ ਦੀ ਲਾਈ ਜਾਂਦੀ ਹੈ ਤਾਂ ਕਿ ਉਹ ਥੋੜੀ ਥੋੜੀ ਉਹਦੇ ਨਾਲ ਲੱਗਦੀ ਰਹੇ ਤੇ ਉਹਦੀ ਇੰਜਨ ਦੀ ਜਿਹੜੀ ਲੁਬਰੀਕੇਸ਼ਨ ਜਿਹੜੀ ਆ ਉਹ ਹੁੰਦੀ ਰਹੇ। ਠੀਕ ਹੈ ਜੀ। ਹੋਰ ਭੁਪਿੰਦਰ ਜੀ? ਹਾਂਜੀ ਸਰ, ਅੱਜ ਭੁਪਿੰਦਰ ਜੀ ਸੰਭੋ ਜੀ ਅੱਗੇ ਥੋੜਾ ਆਪਣੀ ਮੈਂ ਸ਼ੇਅਰ ਕਰਦਾ ਸਰ, ਇੱਕ ਵਾਰ ਕਲੋਜ਼ ਕਰਿਓ ਆਪਣੀ ਸ਼ੇਅਰ, ਸਕਰੀਨ ਸ਼ੇਅਰ ਕਲੋਜ਼ ਕਰਿਓ। ਹੈਲੋ ਮਨਪ੍ਰੀਤ ਸਰ, ਕਲੋਜ਼ ਕਰਿਓ ਇਹਨੂੰ, ਮੈਂ ਅੱਗੇ ਆਪਣੇ ਵਾਲੇ ਤੋਂ ਲੈ ਲੈਣਾ ਕੰਮ ਤੋਂ। ਹਾਂਜੀ ਸਰ, ਹਾਂਜੀ
कूलिंग सिस्टम नो दोबारा शुरू कर दे सर नोट करो पर्पज ऑफ लुब्रिकेशन सिस्टम दे विच लुब्रिकेशन हुंदा की है लुब्रिकेशन एक किसी पार्ट्स नो दूजे पार्ट्स नाल घसण तो रोकण वास्ते जो अपन सिस्टम यूज करते हैं लुब्रिकेशन सिस्टम कहते हैं ਇਹ ਲੁਬਰੀਕੇਸ਼ਨ ਸਿਸਟਮ ਸੀਟਿੰਗ ਵੀ ਪ੍ਰੋਵਾਈਡ ਕਰਦਾ ਜਿਵੇਂ ਜੇਸੀਪੀ ਮਸ਼ੀਨ ਆ ਉਹ ਹਾਈ ਪ੍ਰੈਸ਼ਰ ਹਾਈ ਲੋਡ ਨੂੰ ਤਾਂ ਚੁੱਕਦੀ ਹੈ ਉਹਦੇ ਵਿੱਚ ਜੋ ਸੀਲਿੰਗ ਪ੍ਰੋਵਾਈਡ ਕਰਦੀ ਹੈ ਸੀਲ ਨੂੰ ਲੁਬਰੀਕੇਸ਼ਨ ਆਇਲ ਹੀ ਸੀਲ ਪ੍ਰੋਵਾਈਡ ਕਰ ਦਿੰਦਾ ਹੈ ਜੋ ਸੀਲ ਨੂੰ ਹੋਰ ਜ਼ਿਆਦਾ ਸੀਲ ਕਰ ਦਿੰਦਾ ਹੈ ਤੇ ਮੇਨ ਫੰਕਸ਼ਨ ਜਦੋਂ ਆਪਾਂ ਇੱਕ ਇੰਜਨ ਦੇ ਵਿੱਚ ਲੁਬਰੀਕੇਸ਼ਨ ਦੀ ਗੱਲ ਕਰੀਏ ਸਭ ਤੋਂ ਪਹਿਲਾ ਫੰਕਸ਼ਨ ਹੁੰਦਾ ਹੈ ਕਲੀਨਿੰਗ ਜਿੰਨੇ ਪਾਰਟਸ ਨੇ ਜਦੋਂ ਆਪ ਚੱਲਦੇ ਨੇ ਉਹ ਘੱਸਦੇ ਨੇ ਉਹਨਾਂ ਦੇ ਵਿੱਚ ਜਦ ਆਇਲ ਕ੍ਰੋਸ ਹੁੰਦਾ ਹੈ ਤੇ ਉਹ ਆਇਲ ਨਾਲ ਹੀ ਕੰਟੈਮੀਨੇਸ਼ਨ ਨੂੰ ਇਕੱਠਾ ਕਰਕੇ ਆਇਲ ਫਿਲਟਰ ਤੱਕ ਲਈ ਆਉਂਦਾ ਹੈ ਤੇ ਜੋ ਪਾਰਟਸ ਦੀ ਸਾਰੀ ਕਲੀਨਿੰਗ ਹੋਈ ਜਾਂਦੀ ਹੈ ਦੂਜਾ ਕੰਮ ਇਹਦਾ ਕੂਲਿੰਗ ਹੁੰਦਾ ਹੈ ਕੂਲਿੰਗ ਦੇ ਨਾਲ ਕੀ ਹੈ ਵੀ ਜੋ ਪਾਰਟਸ ਗਰਮ ਹੋ ਜਾਂਦੇ ਨੇ ਉਹ ਮਤਲਬ ਉਹਨਾਂ ਦੇ ਉੱਪਰ ਥੋੜ੍ਹਾ ਲਿਖਿਆ ਵੀ ਹੈ ਫਿਗਰ ਵਿੱਚ ਸ਼ੋਅ ਵੀ ਹੋ ਰਿਹਾ ਵੀ ਘੱਸ ਜਾਂਦੇ ਨੇ ਗਰਮ ਹੋਣ ਦੇ ਨਾਲ ਤੇ ਉਹਨਾਂ ਨੂੰ ਰੋਕਣ ਵਾਸਤੇ ਕੂਲਿੰਗ ਕਰਦਾ ਹੈ ਤੀਜਾ ਜਦੋਂ ਕਿਸੇ ਵੀ ਪਾਰਟ ਦੇ ਵਿੱਚ ਆਪਾਂ ਲਿਕੁਇਡ ਜਾਂ ਕੁਛ ਕੁਸ਼ਨ ਇਫੈਕਟ ਦੇ ਦਈਏ ਤੇ ਉਹ ਨੋਇਸ ਉਹਦੀ ਘੱਟ ਜਾਂਦੀ ਹੈ ਉਹਦਾ ਮਤਲਬ ਖੜਾਕ ਘੱਟ ਜਾਏਗਾ ਜਦੋਂ ਆਪਾਂ ਥੱਲੇ ਕੋਈ ਵੀ ਕੋਈ ਕੁਸ਼ਨ ਦੇ ਦਈਏ ਇਹ ਇੱਕ ਕੁਸ਼ਨ ਦਾ ਕੰਮ ਵੀ ਕਰਦਾ ਹੈ ਅਬਜ਼ੋਰਬ ਸ਼ੌਕ ਕਰਦਾ ਹੈ ਕੰਟੈਮੀਨੇਸ਼ਨ ਨੂੰ ਅਬਜ਼ੋਰਬ ਕਰ ਲੈਂਦਾ ਹੈ ਜੋ ਤੁਹਾਨੂੰ ਦੱਸਿਆ ਮੈਂ ਆਇਲ ਫਿਲਟਰ ਦੇ ਵਿੱਚੋਂ ਸਾਰੇ ਸਾਰੇ ਫਿਲਟਰ ਸੇਵ ਹੋ ਜਾਂਦੇ ਨੇ ਲਿਸਟ ਵਾਲਾ ਜੋ ਸਰ ਨੇ ਪਹਿਲਾਂ ਦੱਸਿਆ ਹੈ ਪੈਟਰੋਲ ਆਇਲ ਸਿਸਟਮ ਪੈਟਰੋਲ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਲੁਬਰੀਕੇਸ਼ਨ ਆਇਲ ਤਾਂ ਜੋ ਜੋ ਟੂ ਸਟ੍ਰੋਕ ਇੰਜਨ ਆ ਉਹਦੇ ਸਾਰੇ ਪਾਰਟਸ ਸਹੀ ਤਰੀਕੇ ਨਾਲ ਕੰਮ ਕਰਦੇ ਰਹਿਣ ਦੂਜਾ ਆਪਣਾ ਹੋ ਗਿਆ ਵੈਟ ਵੈਟ ਸੰਪ ਦੇ ਵਿੱਚ ਫੋਰਸ ਵਾਲਾ ਹੈਗਾ ਹੈ ਜਿਹਦੇ ਵਿੱਚ ਪੰਪ ਲੱਗਾ ਹੁੰਦਾ ਹੈ ਜਿੱਦਾਂ ਕਰੰਕੇਸ ਬੋਟਮ ਵਾਲਾ ਹਿੱਸਾ ਹੁੰਦਾ ਹੈ ਸਿਲੰਡਰ ਬਲੋਕ ਦਾ ਅਤੇ ਇਹਦੇ ਵਿੱਚ ਹੀ ਲੁਬਰੀਕੇਸ਼ਨ ਆਇਲ ਥੱਲੇ ਇਹਦੇ ਆਇਲ ਸੰਪ ਦੇ ਵਿੱਚ ਭਰਿਆ ਹੁੰਦਾ ਹੈ ਸਿਲੰਡਰ ਦੀਆਂ ਵਾਲਵ ਹੁੰਦੀਆਂ ਨੇ ਇਹ ਬਿਲਕੁਲ ਗਰਮ ਹੋ ਜਾਂਦੀਆਂ ਨੇ ਇਹਨਾਂ ਨੂੰ ਲੁਬਰੀਕੇਸ਼ਨ ਆਇਲ ਦੇ ਨਾਲ ਠੰਡਾ ਕੀਤਾ ਜਾਂਦਾ ਹੈ ਆਇਲ ਰਿੰਗ ਹੁੰਦਾ ਹੈ ਆਇਲ ਰਿੰਗ ਲੁਬਰੀਕੇਸ਼ਨ ਆਇਲ ਨੂੰ ਸਿਲੰਡਰ ਵਾਲ ਤੱਕ ਲੈ ਕੇ ਜਾਂਦਾ ਹੈ ਅਤੇ ਉਹ ਆਇਲ ਠੰਡਾ ਕਰਦਾ ਹੈ ਅਤੇ ਪੈਟਰੋ ਮਿਸਟ ਜੋ ਹੁਣੇ ਕੀਤਾ ਹੈ ਵੀ ਉਹਦੇ ਵਿੱਚ ਲੁਬਰੀਕੇਸ਼ਨ ਆਇਲ 3-6% ਮਿਕਸ ਕਰਕੇ ਆਇਲ ਦੇ ਨਾਲ ਉਹਨੂੰ ਸਿੱਧਾ ਟੂ ਸਟ੍ਰੋਕ ਇੰਜਨ ਦੇ ਵਿੱਚ ਪਾ ਦਿੱਤਾ ਜਾਂਦਾ ਅਤੇ ਉਹ ਕ੍ਰੈਂਕੇਸ ਦੇ ਵਿੱਚ ਦੀ ਹੁੰਦਾ ਹੋਇਆ ਸਾਰੇ ਹੀ ਪਾਰਟਸ ਨੂੰ ਜੋ ਵੀ ਮਤਲਬ ਲੁਬਰੀਕੇਸ਼ਨ ਕਰਦਾ ਉਹਦੇ ਉੱਪਰ ਜਾ ਕੇ ਆਇਲ ਬਲ ਜਾਂਦਾ ਹੈ ਇਸਦੇ ਵਿੱਚ ਫਿਊਲ ਜੋ ਵੇਪਰਾਈਜ਼ ਹੁੰਦਾ ਹੈ ਅਤੇ ਵੇਪਰਾਈਜ਼ ਫੋਰਮ ਦੇ ਵਿੱਚ ਕ੍ਰੈਂਕੇਸ ਦੇ ਵਿੱਚ ਉਹਦੀ ਕ੍ਰੋਸ ਹੁੰਦਾ ਹੈ ਜਿਸ ਦੇ ਨਾਲ ਜੋ ਵੀ ਪਾਰਟਸ ਨੇ ਆਪਣੇ ਕਨੈਕਟਿੰਗ ਰੋਡ ਕ੍ਰੈਂਕ ਸ਼ਾਫਟ ਇਹ ਸਾਰੇ ਬੇਰਿੰਗ ਦੇ ਸਾਰੇ ਲੁਬਰੀਕੇਟ ਹੋ ਜਾਂਦੇ ਨੇ ਐਡਵਾਂਟੇਜ ਇਹਦੀ ਹੈਗੀ ਹੈ ਸਿੰਪਲੀ ਆ ਇਹਦੀ ਕੋਸਟ ਨਹੀਂ ਹੈਗੀ ਇਹਦੇ 'ਚ ਕੋਈ ਪੰਪ ਨਹੀਂ ਲੱਗਦਾ ਅਤੇ ਡਿਸਐਡਵਾਂਟੇਜ ਇਹਦੀਆਂ ਹੈਗੀਆਂ ਨੇ ਕਿ ਜਦੋਂ ਪੈਟਰੋਲ ਦੇ ਵਿੱਚ ਲੁਬਰੀਕੇਸ਼ਨ ਆਇਲ ਮਿਕਸ ਹੋਇਆ ਉਸਨੂੰ ਅੱਗ ਲੱਗੀ ਉਹ ਬਹੁਤ ਜ਼ਿਆਦਾ ਸਲਫਰ ਕੰਟੈਂਟ ਬਾਹਰ ਨਿਕਲਣਗੇ ਜੋ ਇਨਵਾਇਰਮੈਂਟ ਵਾਸਤੇ ਬਹੁਤ ਹੀ ਹਾਨੀਕਾਰਕ ਹੁੰਦੇ ਨੇ ਇਹ ਜਦੋਂ ਲੁਬਰੀਕੇਸ਼ਨ ਆਇਲ ਦੂਜੀ ਲੁਬਰੀਕੇਸ਼ਨ ਆਇਲ ਜਦੋਂ ਸਿਲੰਡਰ ਕੰਬੈਸ਼ਨ ਚੈਂਬਰ ਦੇ ਵਿੱਚ ਬਲੇਗਾ ਤੇ ਉਹ ਸਟਿੱਕੀ ਟਾਈਪ ਡਿਪੋਜ਼ਿਟ ਆਉਂਦੇ ਨੇ ਜਿੱਦਾਂ ਮਤਲਬ ਇੱਕ ਗਾਰਜੀ ਜੰਮਣ ਵਾਲਾ ਸਿਸਟਮ ਉਹ ਸਿਸਟਮ ਦੇ ਟੋਪ ਉੱਤੇ ਜੰਮ ਜਾਏਗਾ ਤੇ ਇਸ ਦੇ ਲਈ ਮਿਕਸਿੰਗ ਇਫੈਕਟਿਵ ਮਤਲਬ ਜ਼ਿਆਦਾ ਮਿਕਸਿੰਗ ਵਧੀਆ ਨਹੀਂ ਹੁੰਦੀ ਲੁਬਰੀਕੇਸ਼ਨ ਦੇ ਨਾਲ ਲੁਬਰੀਕੇਸ਼ਨ ਦੀ ਵਿਸਕੋਸਟੀ ਅਲੱਗ ਹੁੰਦੀ ਹੈ ਪੈਟਰੋਲ ਦੀ ਅਲੱਗ ਹੁੰਦੀ ਆ ਦੋਨਾਂ ਦੇ ਕਰੈਕਟਰਿਸਟਿਕ ਵੀ ਅਲੱਗ ਹੁੰਦੇ ਨੇ ਇਸ ਕਰਕੇ ਇਹ ਬੈਨੀਫਿਟ ਨਹੀਂ ਹੈਗਾ ਇੰਨਾ ਵੈਟ ਸੰਪ ਸੇਮ ਦੇ ਸਿਸਟਮ ਇਹਦੇ ਵਿੱਚ ਕੀ ਹੁੰਦਾ ਵੀ ਬੋਟਮ ਦੇ ਵਿੱਚ ਕਰੰਕੇਸ ਆਇਲ ਸੰਪ ਹੁੰਦਾ ਹੈ ਅਤੇ ਆਇਲ ਸਪਲਾਈ ਰੈਜ਼ਰਵੇਅਰ ਹੁੰਦਾ ਹੈ ਆਇਲ ਡ੍ਰਿਪਿੰਗ ਸਿਲੰਡਰ ਬੇਰਿੰਗ ਅਤੇ ਗ੍ਰੈਵਿਟੀ ਦੀ ਮਦਦ ਦੇ ਨਾਲ ਉੱਪਰੋਂ ਥੱਲੇ ਨੂੰ ਆਪਣੇ ਆਪ ਆਇਲ ਡਿੱਗ ਪੈਂਦਾ ਹੈ ਜਿੱਦਾਂ ਸਪਲੈਸ਼ ਸਿਸਟਮ ਨਾਲ ਉੱਪਰ ਜਾਏਗਾ ਅਤੇ ਗ੍ਰੈਵਿਟੀ ਸਿਸਟਮ ਨਾਲ ਲਿਜਾਏਗਾ ਹੁਣ ਇਹਦੇ ਵਿੱਚ ਲੁਬਰੀਕੇਸ਼ਨ ਸਿਸਟਮ ਵੈਟ ਸੰਪ ਜੋ ਦੱਸਿਆ ਹੈ ਵੈਟ ਸੰਪ ਥੱਲੇ ਆ ਇੱਕ ਡਰੇਨ ਪਲੱਗ ਲੱਗਾ ਹੈ ਜਦੋਂ ਸਰਵਿਸ ਹੁੰਦੀ ਹੈ ਇੰਜਨ ਦੀ ਉਸ ਤੋਂ ਪਹਿਲਾਂ ਜਦੋਂ ਆਇਲ ਚੇਂਜ ਕਰੀਦਾ ਹੈ ਆਇਲ ਥੱਲੋਂ ਡਰੇਨ ਪਲੱਗ ਖੋਲ੍ਹ ਕੇ ਆਇਲ ਸਾਰੇ ਦਾ ਸਾਰਾ ਬਾਹਰ ਕੱਢ ਕੇ ਦੁਬਾਰਾ ਫਿਰ ਆਇਲ ਨੂੰ ਫਿਲ ਕਰ ਦਿੱਤਾ ਜਾਂਦਾ ਹੈ
ਹੁਣ ਆਇਲ ਸੰਪ ਦੇ ਵਿੱਚ ਕੀ ਆਇਲ ਸਟੋਰ ਇਨ ਆਇਲ ਸੰਪ ਡਰਾਨ ਇੰਜਨ ਥਰੂ ਪਿਕਅਪ ਫੋਰਸ ਰਾਉਂਡ ਬਾਈ ਪੰਪ ਪੰਪ ਦੀ ਮਦਦ ਨਾਲ ਉੱਪਰ ਹੁੰਦਾ ਹੈ ਤੇ ਪ੍ਰੈਸ਼ਰ ਰਿਲੀਫ ਦੇ ਵਾਲਵ ਜਿਹੜਾ ਪੰਪ ਦੇ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਜ਼ਿਆਦਾ ਹਾਈ ਪ੍ਰੈਸ਼ਰ ਵੀ ਜੇ ਆਪਾਂ ਲੁਬਰੀਕੇਸ਼ਨ ਆਇਲ ਕਿਤੇ ਛਿੜਕਾਂਗੇ ਤੇ ਉਹ ਵੀ ਖਤਰਨਾਕ ਹੈ ਇਸ ਕਰਕੇ ਬਿਲਕੁਲ ਅਪਰੋਪਰੀਏਟ ਵੈਲਿਊ ਦੇ ਵਿੱਚ ਹੀ ਪ੍ਰੈਸ਼ਰ ਸੈੱਟ ਕੀਤਾ ਜਾਂਦਾ ਹੈ ਵੀ ਸਾਰੀਆਂ ਗੈਲਰੀਜ਼ ਤੱਕ ਜੋ ਪ੍ਰੈਸ਼ਰ ਪਹੁੰਚ ਜਾਵੇ ਸਪਲੈਸ਼ ਸਿਸਟਮ ਜਿਸ ਦੇ ਵਿੱਚ ਪੰਪ ਨਹੀਂ ਯੂਜ਼ ਹੁੰਦਾ ਉਹ ਲਾਈਟ ਡਿਊਟੀ ਸਲੋ ਸਪੀਡ ਇੰਜਨ ਦੇ ਵਿੱਚ ਯੂਜ਼ ਹੁੰਦਾ ਹੈ ਜਿਵੇਂ ਬਾਈਕ ਮੋਟਰਸਾਈਕਲ ਵਗੈਰਾ ਇਹਦੇ ਵਿੱਚ ਕਿਤੇ ਵੀ ਪੰਪ ਨਹੀਂ ਯੂਜ਼ ਹੁੰਦਾ ਉਸ ਜਗ੍ਹਾ ਉੱਤੇ ਸਪਲੈਸ਼ ਸਿਸਟਮ ਯੂਜ਼ ਹੁੰਦਾ ਹੈ ਕਿਉਂਕਿ ਇੰਜਨ ਦੀ ਸਪੀਡ ਵੀ 250 RPM ਤੱਕ ਹੁੰਦੀ ਜਾਂ ਘੱਟ ਤੋਂ ਸਟਾਰਟਿੰਗ ਹੁੰਦੀ ਹੈ ਜ਼ਿਆਦਾ ਨਹੀਂ ਹੁੰਦਾ ਤੇ ਸਰਕੂਲੇਟਿੰਗ ਪੰਪ ਆ ਸਪਲੈਸ਼ ਸਿਸਟਮ ਇਹ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਵੀ ਥੱਲੇ ਕਨੈਕਟਿੰਗ ਰੋਡ ਦੇ ਵਿਗਣ ਦੇ ਥੱਲੇ ਇੱਕ ਨੁੱਕਰ ਜੀ ਬਣੀ ਹੈ ਉੱਥੋਂ ਇੱਕਦਮ ਜਦੋਂ ਸੰਪ ਦੇ ਵਿੱਚੋਂ ਆਇਲ ਨੂੰ ਖਿੱਚਿਆ ਜਾਂਦਾ ਹੈ ਤੇ ਉਹ ਕਨੈਕਟਿੰਗ ਰੋਡ ਦੇ ਜ਼ਰੀਏ ਉੱਪਰ ਪਿਸਟਨ ਤੱਕ ਪਹੁੰਚ ਜਾਂਦਾ ਹੈ ਡਿੱਪਰ ਸਪਲੈਸ਼ਰ ਕਹਿ ਦਿੰਦੇ ਨੇ ਡਿੱਪਰ ਵੀ ਕਹਿ ਦਿੰਦੇ ਆ ਪ੍ਰੋਵਾਈਡਰ ਈਚ ਐਂਡ ਆਫ ਕਨੈਕਟਿੰਗ ਰੋਡ ਕੈਪ ਦੇ ਵਿੱਚ ਉਹ ਕਨੈਕਟ ਜੋ ਕਨੈਕਟਿੰਗ ਰੋਡ ਆ ਕਨੈਕਟਿੰਗ ਰੋਡ ਦੇ ਨਾਲ ਅਟੈਚ ਹੁੰਦੀ ਹੈ ਉਸਦੇ ਐਂਡ ਨਾਲ ਤੇ ਉਹ ਸਾਰੇ ਦਾ ਸਾਰਾ ਜੋ ਵੀ ਲੁਬਰੀਕੇਸ਼ਨ ਜਿੱਥੇ ਜਿੱਥੇ ਕਰਨੀ ਹੁੰਦੀ ਹੈ ਉਹ ਉਸਨੂੰ ਤੇਲ ਨੂੰ ਉੱਥੇ ਚੁੱਕ ਕੇ ਉੱਪਰ ਤੱਕ ਸਾਰੀਆਂ ਗੈਲਰੀ ਤੱਕ ਪਹੁੰਚਾਉਂਦੀ ਹੈ ਤੇ ਫਿਗਰ ਦੇ ਵਿੱਚ ਦੇਖ ਲਿਆ ਉਹਦੇ ਸਪਲਾਈਡ ਮੇਨ ਕੈਮਸ਼ਾਫਟ ਬੈਰਿੰਗ ਦੇ ਵਿੱਚ ਸਪਲਾਈ ਹੁੰਦਾ ਹੈ ਆਇਲ ਫਿਰ ਕਨੈਕਟਿੰਗ ਰੋਡ ਕਰੈਂਕ ਪਿਨ ਬੈਰਿੰਗ ਸਾਰੇ ਡਿੱਪਰ ਦੇ ਵਿੱਚ ਡਿੱਪਰ ਆਪਾਂ ਉਹਨੂੰ ਕਹਿ ਦਿੰਦੇ ਸਪਲੈਸ਼ਰ ਨੂੰ ਜੋ ਸਾਰੇ ਪਾਸੇ ਆਇਲ ਨੂੰ ਫੈਲਾ ਦਿੰਦਾ ਹੈ ਡਾਇਗਰਾਮ ਪ੍ਰੈਸ਼ਰ ਫੀਡ ਸਿਸਟਮ ਨੈਕਸਟ ਹੈਗਾ ਪ੍ਰੈਸ਼ਰ ਫੀਡ ਸਿਸਟਮ ਇਸ ਦੇ ਵਿੱਚ ਇੱਕ ਪੰਪ ਲੱਗਾ ਹੁੰਦਾ ਹੈ ਜਦੋਂ ਪੰਪ ਦੇ ਨਾਲ ਪ੍ਰੈਸ਼ਰ ਫੋਰਸ ਦੇ ਨਾਲ ਆਇਲ ਸੰਪ ਦੇ ਵਿੱਚੋਂ ਆਇਲ ਨੂੰ ਆਇਲ ਗੈਲਰੀ ਤੱਕ ਪਹੁੰਚਾਇਆ ਜਾਂਦਾ ਹੈ ਇਸ ਕਰਕੇ ਇਹਨੂੰ ਪ੍ਰੈਸ਼ਰ ਫੀਡ ਸਿਸਟਮ ਕਹਿ ਦਿੰਦੇ ਨੇ ਫੁੱਲ ਫੋਰਸ ਪ੍ਰੈਸ਼ਰ ਸਿਸਟਮ ਆ ਥੱਲੇ ਆਇਲ ਪੰਪ ਲੱਗਾ ਹੈ ਸਟੇਨਰ ਦੇ ਉੱਪਰ ਤੇ ਪੰਪ ਦੀ ਮਦਦ ਦੇ ਨਾਲ ਛੋਟੀਆਂ ਛੋਟੀਆਂ ਆਇਲ ਗੈਲਰੀਜ਼ ਬਣੀਆਂ ਨੇ ਆਇਲ ਗੈਲਰੀ ਦੇ ਵਿੱਚ ਦੀ ਕਰੈਂਕ ਸ਼ਾਫਟ ਨੂੰ ਕਰੈਂਕ ਪਿਨ ਤੱਕ ਉਸ ਤੋਂ ਬਾਅਦ ਪਿਸਟਨ ਦੀਆਂ ਜਾਂ ਆਇਲ ਆਇਲ ਰਿੰਗ ਤੱਕ ਲੁਬਰੀਕੇਸ਼ਨ ਆਇਲ ਫੋਰਸ ਸਿਸਟਮ ਵਿੱਚ ਪਹੁੰਚਾਇਆ ਜਾਂਦਾ ਹੈ ਪ੍ਰੈਸ਼ਰ ਸਿਸਟਮ ਫੋਰਸ ਸਿਸਟਮ ਸੇਮ ਹੀ ਹੈ ਇਹ ਸਾਰੀ ਸਾਰੀ ਆਇਲ ਗੈਲਰੀ ਹੈ ਜੋ ਯੈਲੋ ਕਲਰ ਸ਼ੋਅ ਹੋ ਰਿਹਾ ਹੈ ਇਹ ਸਾਰਾ ਯੈਲੋ ਕਲਰ ਲੁਬਰੀਕੇਸ਼ਨ ਆਇਲ ਦਾ ਹੀ ਸ਼ੋਅ ਹੋ ਰਿਹਾ ਕਿੱਥੇ ਕਿੱਥੇ ਆਇਲ ਜਾ ਰਿਹਾ ਹੈ ਇਹ ਡਾਇਗ੍ਰਾਮ ਹੈ ਸਾਰੀ ਸਪੈਂਜਿੰਗ ਦੀ ਆਇਲ ਕੂਲਰ ਯੂਜ਼ ਹੁੰਦਾ ਹੈ ਆਇਲ ਕੂਲਰ ਕੀ ਜਦੋਂ ਆਇਲ ਉੱਪਰ ਤੋਂ ਲੱਗ ਕੇ ਥੱਲੇ ਤੱਕ ਪਿਸਟਨ ਦੀ ਸਾਈਡ ਤੋਂ ਸਾਈਡ ਵਾਲ ਤੋਂ ਲੱਗ ਕੇ ਉਹ ਗਰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਕਰਕੇ ਉਹਨੂੰ ਠੰਡਾ ਕਰਨ ਵਾਸਤੇ ਆਇਲ ਕੂਲਰ ਵੀ ਲੱਗਾ ਹੁੰਦਾ ਹੈ ਆਇਲ ਕੂਲਰ ਕੂਲਿੰਗ ਸਿਸਟਮ ਦੀ ਮਦਦ ਨਾਲ ਮਤਲਬ ਕੂਲੈਂਟ ਦੀ ਮਦਦ ਨਾਲ ਠੰਡਾ ਹੁੰਦਾ ਹੈ ਇਹ ਵੱਖਰਾ ਇੱਕ ਛੋਟਾ ਜਿਹਾ ਪਾਰਟ ਸਿਲੰਡਰ ਬਲੋਕ ਦੇ ਵਿੱਚ ਲਗਾ ਦਿੱਤਾ ਜਾਂਦਾ ਜਿਸ ਨਾਲ ਆਇਲ ਠੰਡਾ ਰਹਿੰਦਾ ਹੈ ਸਪੰਜਿੰਗ ਪ੍ਰੋਸੈਸ ਡਰਾਈ ਸੰਪ ਜੋ ਆਪਣਾ ਬਾਈਕ ਵਿੱਚ ਯੂਜ਼ ਹੁੰਦਾ ਹੈ ਤੇ ਲੁਬਰੀਕੇਸ਼ਨ ਸਿਸਟਮ ਇਹ ਸਾਰੇ ਪਾਰਟਸ ਨੇ ਆਇਲ ਸੰਪ ਆਇਲ ਪੰਪ ਪਿਕਅਪ ਸਕਰੀਨ ਪ੍ਰੈਸ਼ਰ ਰੈਗੂਲੇਟਰ ਆਇਲ ਫਿਲਟਰ ਬਾਈਪਾਸ ਵਾਲਵ ਆਇਲ ਗੈਲਰੀ ਡਿਪਸਟਿਕ ਪ੍ਰੈਸ਼ਰ ਇੰਡੀਕੇਟਰ ਲੁਬਰੀਕੇਟਿੰਗ ਆਇਲ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਪਹਿਲਾਂ ਇਹ ਵੀ ਫ੍ਰਿਕਸ਼ਨ ਬਿਟਵੀਨ ਮੈਟਲ ਟੂ ਮੈਟਲ ਕੰਟੈਕਟ ਘੱਟ ਕਰਨਾ ਹੈ ਕੰਟਰੋਲ ਕਰਨਾ ਹੈ ਓਵਰ ਹੀਟਿੰਗ ਦਾ ਕੰਪੋਨੈਂਟ ਨੂੰ ਘੱਟ ਕਰਨਾ ਹੈ ਕਰੋਜ਼ਨ ਨੂੰ ਘੱਟ ਕਰਨਾ ਹੈ ਕਰੋਜ਼ਨ ਜਾਂ ਰਸਟਿੰਗ ਜਾਂ ਕੁਛ ਦੋਨਾਂ ਨੂੰ ਕੰਟਰੋਲ ਕਰਨਾ ਹੈ ਡਿਪੋਜ਼ਿਟ ਜੋ ਛੋਟੇ ਛੋਟੇ ਦਾਗ ਪੈ ਜਾਂਦੇ ਨੇ ਇੰਜਨ ਦੇ ਉੱਪਰ ਉਹਨਾਂ ਨੂੰ ਸੈੱਟ ਮਤਲਬ ਸਾਰਿਆਂ ਨੂੰ ਸਾਰਾ ਸਫਾਈ ਕਰਨੀ ਹੈ ਉਹ ਵੀ ਲੁਬਰੀਕੇਸ਼ਨ ਆਇਲ ਦਾ ਕੰਮ ਹੈ ਤੇ ਪ੍ਰੋਪਰਟੀ ਲੁਬਰੀਕੇਸ਼ਨ ਆਇਲ ਦੀਆਂ ਹੁੰਦੀਆਂ ਇਟ ਮਸਟ ਬੀ ਵਿਦ ਸਟੈਂਡ ਹਾਈ ਟੈਂਪਰੇਚਰ ਵਿਦਆਊਟ ਬ੍ਰੇਕਿੰਗ ਡਾਊਨ ਵੱਡੇ ਤੋਂ ਵੱਡੇ ਟੈਂਪਰੇਚਰ ਦੇ ਉੱਤੇ ਕਹਿਣ ਦਾ ਮਤਲਬ 50 ਤੋਂ 60 ਡਿਗਰੀ ਤੱਕ ਵੀ ਲੁਬਰੀਕੇਸ਼ਨ ਆਇਲ ਨੂੰ ਕੁਛ ਨਹੀਂ ਹੋਣਾ ਚਾਹੀਦਾ ਜੇ ਇਹ ਖਰਾਬ ਹੁੰਦਾ ਤਾਂ ਇੰਜਨ ਆਪਣਾ ਬਲੋਕੇਜ ਹੋ ਸਕਦੀ ਹੈ ਤੇ ਦੇ ਮਸਟ ਬੀ ਨਾਟ ਆਕਸੀਡਾਈਜ਼ ਚੈਂਬਰ ਵਾਲ ਪਿਸਟਨ ਕਰੋਨ ਐਂਡ ਹੈਵ ਹਾਈ ਸਟਰੈਂਥ ਟੂ ਪ੍ਰੀਵੈਂਟ ਮੈਟਲ ਟੂ ਮੈਟਲ ਕੰਟੈਕਟ
ठीक है, ये सारिया वैल्यूज ने जो टेंपरेचर ते विस्कोसिटी दोनों का कॉम्बीनेशन बनाया गया भी केड़े केड़े वाले यूज करने, जिदा पहला सर ने दस्सिया SA40 ये सारिया दे विच लगभग यूज होंदा है क्योंकि हाई टेंपरेचर अगेंस्ट भी निकल जाता है ते लो टेंपरेचर नूं भी कंट्रोल कर लैंदा है, इस करके SA40 ही यूज होंदा है। ਹਾਂਜੀ ਆ ਲੁਬਰੀਕੇਸ਼ਨ ਜਰਨਲ ਯੂਜ਼ਿੰਗ ਵਿਸਕੋਸਿਟੀ ਸਕੇਲ SA5 SA10 20 30 40 45 50 ਤੱਕ ਜਾਂਦਾ ਹੈ। ਇਹ ਸਾਰੇ ਤੇ ਮਾਡਰਨ ਹਾਈ ਸਪੀਡ ਕਲੋਜ਼ ਟੋਲਰੈਂਸ ਹਾਈ ਵਿਸਕੋਸਿਟੀ ਤਾਂ ਇਹਨਾਂ ਦੀ ਰੇਟਿੰਗ ਕੀਤੀ ਜਾਂਦੀ ਵੱਖਰੀ ਵੱਖਰੀ ਰੇਟਿੰਗ ਬਿੱਲਾਂ ਦੀ ਤਰ੍ਹਾਂ ਹੀ ਦੋਨੋਂ ਚਾਰਟ ਤੇ ਟੇਬਲ ਇਕੱਠੇ। ਪ੍ਰੋਪਰਟੀ ਫਲੈਸ਼ ਪੁਆਇੰਟ ਫਾਇਰ ਪੁਆਇੰਟ ਹੁੰਦਾ ਹੈ। ਫਲੈਸ਼ ਪੁਆਇੰਟ ਮਿਨੀਮਮ ਟੈਂਪਰੇਚਰ ਐਟ ਵਿੱਚ ਸਫੀਸ਼ੀਐਂਟ ਫਲੇਮੇਬਲ ਵੇਪਰ ਇਜ਼ ਡ੍ਰਿਵਨ ਆਫ ਤੇ ਫਲੈਸ਼ ਪੁਆਇੰਟ ਹੁੰਦਾ ਕੰਟੈਕਟ ਫਲੇਮ। ਕਹਿਣ ਦਾ ਮਤਲਬ ਵੀ ਸਭ ਤੋਂ ਛੋਟਾ ਟੈਂਪਰੇਚਰ ਜਿੱਥੇ ਜਾ ਕੇ ਲੁਬਰੀਕੈਂਟ ਨੂੰ ਅੱਗ ਲੱਗਦੀ ਹੈ ਉਹ ਫਲੈਸ਼ ਪੁਆਇੰਟ ਹੋ ਗਿਆ। ਫਾਇਰ ਪੁਆਇੰਟ ਮਿਨੀਮਮ ਟੈਂਪਰੇਚਰ ਵਿੱਚ ਇਨਫਲੇਮੇਬਲ ਵੇਪਰ ਵਿਲ ਕੰਟੀਨਿਊ ਟੂ ਫੋਰਮ, ਵੀ ਜਿੱਥੇ ਵੇਪਰ ਫੋਰਮ ਹੋਣਾ ਸ਼ੁਰੂ ਹੋ ਜਾਂਦੇ ਨੇ ਫਾਇਰ ਪੁਆਇੰਟ ਥੋੜ੍ਹਾ ਵੱਡਾ ਹੁੰਦਾ ਹੈ। Tube have higher flash point and fire point than fuel. Detergency ਮਤਲਬ ਜਿੱਦਾਂ ਡਿਟਰਜੈਂਟ ਹੁੰਦਾ ਹੈ ਸਾਬਣ, ਮਤਲਬ ਸਾਫ਼ ਕਰਨਾ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਉਹ ਬਹੁਤ ਵਧੀਆ ਤਰੀਕੇ ਨਾਲ ਸਾਫ਼ ਕਰਨਾ ਹੋਣ ਵਾਲਾ ਹੋਣਾ ਚਾਹੀਦਾ ਹੈ। ਜੋ ਵੀ ਡਿਪੋਜ਼ਿਟ ਇੰਜਨ ਦੀਆਂ ਸਾਈਡ ਦੇ ਉੱਪਰ ਜਾਂ ਕੁਝ ਨਾਈਟ੍ਰੋਕਸ ਸਲਫਰ ਜੋ ਲੱਗੇ ਹੁੰਦੇ ਨੇ ਉਹਨਾਂ ਨੂੰ ਡਿਪੋਜ਼ਿਟ ਨੂੰ ਚੰਗੀ ਤਰ੍ਹਾਂ ਕਲੀਨ ਕਰਨ ਲੁਬਰੀਕੇਸ਼ਨ ਆਇਲ ਦਾ ਕੰਮ ਹੁੰਦਾ ਹੈ। ਸਪੈਸੀਫਿਕ ਗ੍ਰੈਵਿਟੀ 0.85 ਟੂ 0.95 ਹੁੰਦੀ ਹੈ ਔਰ 0.15 ਡਿਗਰੀ ਫਾਰਨਹੀਟ ਤੱਕ ਹੁੰਦਾ ਹੈ। ਤੇ ਵੀ ਜਿੱਥੇ ਫਲੂਇਡ ਜਿਹੜਾ ਵਾ ਨਾਟ ਸਰਕੂਲੇਟ ਇਨ ਦੀ ਸਿਸਟਮ ਪੂਰ ਪੁਆਇੰਟ ਹੁੰਦਾ ਵੀ ਜੰਮ ਜਾਂਦਾ ਹੈ ਤੇ ਉਹ 15 ਡਿਗਰੀ ਫਾਰਨਹੀਟ ਤੱਕ ਇਹਨੇ ਹੋਣਾ ਚਾਹੀਦਾ। ਆਕਸੀਡੇਸ਼ਨ ਕਹਿਣ ਦਾ ਮਤਲਬ ਵੀ ਜੰਮਣਾ ਮਤਲਬ ਚੰਗਾਲ ਨਹੀਂ ਵਿੱਚ ਆਉਣਾ ਚਾਹੀਦਾ ਤੇ ਉੱਤੋਂ ਆਕਸੀਡੇਸ਼ਨ ਤੋਂ ਰਜਿਸਟੈਂਸ ਹੋਣੀ ਚਾਹੀਦੀ ਹੈ ਤੇ ਐਸਿਡਿਕ ਨੇਚਰ ਨਹੀਂ ਹੋਣਾ ਚਾਹੀਦਾ। ਜ਼ਿਆਦਾ ਐਸਿਡ ਹੋਏਗਾ ਤੇ ਉਹ ਪਾਰਟਸ ਨੂੰ ਕਰੋਜ਼ਨ ਲੱਗਣ ਦਾ ਡਰ ਹੁੰਦਾ ਮਤਲਬ ਚੰਗਾਲ ਲਾ ਸਕਦਾ। ਜਿੰਨਾ ਵੀ ਐਸਿਡ ਵੱਧ ਹੋਏਗਾ ਤੇ ਉਹ ਚੰਗਾਲ ਲੱਗ ਸਕਦਾ, ਇਸ ਕਰਕੇ ਜ਼ਿਆਦਾ ਐਸਿਡਿਟੀ ਵੀ ਨਹੀਂ ਹੋਣੀ ਚਾਹੀਦੀ ਤੇ ਨਿਊਟਰਲ ਹੋਣਾ ਚਾਹੀਦਾ। ਵੈਜੀਟੇਬਲ ਆਇਲ ਯੂਜ ਹੁੰਦੇ ਨੇ ਰੇਸਿੰਗ ਕਾਰ ਦੇ ਵਿੱਚ ਤਾਂ ਮੇਨ ਐਡਵਾਂਟੇਜ ਆਇਲ ਹਾਈ ਫਿਲਮ ਸਟਰੈਂਥ ਗੁੱਡ ਲੁਬਰੀਕੇਸਿਟੀ। ਹੁਣ ਮਿਨਰਲ ਆਇਲ ਵੀ ਨਾਲ ਯੂਜ ਹੋਣੇ ਸ਼ੁਰੂ ਹੋ ਗਏ ਨੇ। ਮਿਨਰਲ ਆਇਲ ਤੇ ਇੱਕ ਕਰੂਡ ਆਇਲ ਵੀ ਯੂਜ ਹੁੰਦੇ ਨੇ ਜੋ ਵੈਕਸ ਟਾਈਪ ਹੁੰਦੇ ਨੇ। ਜ਼ਿਆਦਾਤਰ ਜਿੰਨੇ ਵੀ ਇਹ ਹੁੰਦੇ ਨੇ ਉਹ ਵੈਜੀਟੇਬਲ ਆਇਲ ਹੀ ਯੂਜ ਕੀਤਾ ਜਾਂਦਾ ਕਿਉਂਕਿ ਉਹਨਾਂ ਸੰਘਣਾਪਨ ਵੱਧਦਾ ਜਾਂਦਾ। ਜਾਂ ਕਲਾਸੀਫਿਕੇਸ਼ਨ ਐਨੀਮਲ ਵੈਜੀਟੇਬਲ ਮਿਨਰਲ ਸਿੰਥੈਟਿਕ। ਸਿੰਥੈਟਿਕ ਦੇ ਵਿੱਚ ਕੁਝ ਕੰਟੈਮੀਨੇਸ਼ਨ ਵੱਖਰੇ ਹੁੰਦੇ ਨੇ ਜਿੱਦਾਂ ਐਨੀਮਲ ਦੇ ਵਿੱਚ ਫੈਟ ਹੋ ਕੇ ਐਨੀਮਲ ਫੈਟ ਨੂੰ ਆਇਲ ਵਿੱਚ ਕਨਵਰਟ ਕਰਕੇ ਤੇ ਲੁਬਰੀਕੇਸ਼ਨ ਆਇਲ ਤਿਆਰ ਕੀਤਾ ਜਾਂਦਾ। ਵੈਜੀਟੇਬਲ ਆਇਲ ਮੀਨਸ ਜਿਵੇਂ ਕੈਸਟਰ ਆਇਲ, ਓਲਿਵ ਆਇਲ, ਕੋਟਨ ਸੀਡ ਆਇਲ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਫਿਰ ਤਿਆਰ ਕੀਤਾ ਜਾਂਦਾ। ਮਿਨਰਲ ਦੇ ਵਿੱਚ ਕੀ ਹੈ ਜੋ ਵੱਖਰੀਆਂ ਵੱਖਰੀਆਂ ਧਾਤੂ ਮਿਲਦੀਆਂ ਨੇ ਜਿੱਦਾਂ ਸੋਲਿਡ ਸੈਮੀ ਸੋਲਿਡ ਦੋਨਾਂ ਨੂੰ ਮਿਕਸ ਕਰਕੇ ਉਹ ਮਿਨਰਲ ਦੇ ਵਿੱਚ ਹੋ ਗਿਆ। ਜਿਵੇਂ ਸੋਲਿਡ ਲੁਬਰੀਕੇਸ਼ਨ ਯੂਜ ਹੁੰਦੇ ਨੇ ਮਿਨਰਲ ਟਾਈਪ ਲੁਬਰੀਕੈਂਟ ਹੋ ਗਏ। ਸਿੰਥੈਟਿਕ ਦੇ ਵਿੱਚ ਸਿੰਥੈਟਿਕ ਜੋ ਹੁੰਦਾ ਹੈ ਉਹ ਵੈਪੋਰੇਟ ਨਹੀਂ ਕਰਦਾ। ਉਹ ਜ਼ਿਆਦਾਤਰ ਕਾਰ ਜਿਹੜੀਆਂ ਨੇ ਹੁਣ ਵੈਲਿਡਿਟੀ ਬਹੁਤ ਵੱਧ ਹੁੰਦੀ ਸੀ 5,000 ਕਿਲੋਮੀਟਰ ਸਿੰਥੈਟਿਕ ਲੁਬਰੀਕੈਂਟ ਯੂਜ ਕਰੋਗੇ ਤਾਂ 10,000 ਕਿਲੋਮੀਟਰ ਤੱਕ ਸਰਵਿਸ ਦੀ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ। ਤੇ ਇਹ ਪੈਟਰੋਲ ਦੇ ਜਾਂ ਕਰੂਡ ਆਇਲ ਉਹਦੇ ਪਾਰਟੀਕਲ ਦੇ ਨਾਲ ਬਣਦਾ ਹੈ ਤਾਂ ਲੁਬਰੀਕੈਂਟ ਆਇਲ ਸਿੰਥੈਟਿਕ ਬ੍ਰੇਕ ਡਾਊਨ ਈਜ਼ੀਲੀ ਐਂਡ ਡੋ ਨਾਟ ਪ੍ਰੋਡਿਊਸ ਕੋਕ ਐਂਡ ਅਦਰ ਡਿਪੋਜ਼ਿਟ। ਜਦੋਂ ਇਹ ਬਣਦਾ ਹੈ ਤੇ ਉਸ ਤੋਂ ਕੋਈ ਵੀ ਕਾਲਾਬਨ ਜਾਂ ਕੋਈ ਗਾੜਾ ਧੂੰਆਂ ਨਹੀਂ ਨਿਕਲਦਾ। ਕਰੋਜ਼ਨ ਡਸਟ ਐਬਿਟਰ ਇਹਦੇ ਐਡਿਟਿਵ ਨੇ ਜੋ ਇਹਦੇ ਵਿੱਚ ਮਿਕਸ ਕੀਤੇ ਜਾਂਦੇ ਆ। ਡਿਟਰਜੈਂਟ ਮਿਕਸ ਕੀਤਾ ਜਾਂਦਾ ਹੈ ਪੂਰਾ ਪੁਆਇੰਟ ਇੰਪਰੂਵਰ ਕੀਤਾ ਜਾਂਦਾ ਵੀ ਛੇਤੀ ਜੰਮੇ ਬਣਾ ਤੇ ਆਇਲਲੈਸ ਫਿਲਮ ਸਟਰੈਂਥ ਏਜੰਟ ਜੀ ਸਟਿੱਕੀ ਜਾਂ ਮਤਲਬ ਕੋਈ ਲੱਭਣੇ ਉਹਦੇ ਵਾਸਤੇ ਪਾਏ ਜਾਂਦੇ ਨੇ। ਲੈਟ ਲਾਸਟ ਕਰੋਨਾ ਵਾਲਾ ਵੀ ਸਾਰੇ ਜਾਣੇ ਘਰਾਂ ਵਿੱਚ ਰਹੋ, ਆਪਣੇ ਹੱਥ ਲਗਾਤਾਰ ਧੋਂਦੇ ਰਹੋ, ਮਾਸਕ ਪਾਓ, ਆਪਸੀ ਦੂਰੀ ਬਣਾ ਕੇ ਰੱਖੋ ਜੀ। ਤੇ ਇਸ ਦੇ ਰਿਲੇਟਡ ਕਿਸੇ ਦਾ ਕੋਈ ਕੁਸ਼ਚਨ ਹੋਵੇ ਉਹ ਆਪਣਾ ਜ਼ਰੂਰ ਰਾਈਜ਼ ਕਰੋ।
ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਪੁੱਛ ਸਕਦੇ ਪੁੱਛੋ ਪਲੀਜ਼, ਕਿਉਂਕਿ ਪਹਿਲਾਂ ਇੱਕ ਨੈਟਵਰਕ ਦੀ ਪ੍ਰੋਬਲਮ ਕਰਕੇ ਸਲਾਈਡ ਨੂੰ ਰੁਕਣਾ ਪਿਆ ਸੀ, ਪਰ ਫਿਰ ਵੀ ਚਲੋ ਸਰ ਨੇ ਬਹੁਤ ਵਧੀਆ ਕੰਟੀਨਿਊ ਕੀਤਾ ਨਾਲ। ਤੇ ਇਸ ਦਾ ਕੋਈ ਵੀ ਕੁਐਸਚਨ ਕਿਸੇ ਨਾਲ ਵੀ ਪੋਲਿੰਗ ਸਿਸਟਮ ਦਾ ਕੁਐਸਚਨ ਜਾਂ ਆਪਣਾ ਲੁਬਰੀਕੇਸ਼ਨ ਸਿਸਟਮ ਦਾ ਜ਼ਰੂਰ ਪੁੱਛ ਲਿਆ ਜਾਵੇ। ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਰ ਸਰ ਸੌਰਵ ਚੌਧਰੀ ਬੋਲਦੇ ਆ ਜੀ, ਜਲਾਲਾਬਾਦ ITI ਤੋਂ। ਹਾਂਜੀ ਹਾਂਜੀ ਸਰ, ਜਿਹੜਾ ਮਤਲਬ ਕਿ ਇਹ ਆਪਣਾ ਲੁਬਰੀਕੈਂਟ ਆਇਲ ਜਿਹੜਾ ਯੂਜ਼ ਕਰਦੇ ਆ, ਉਹਦੇ ਚ ਵੀ ਇਹਦੀ ਵਿਸਕੋਸਿਟੀ ਜ਼ਿਆਦਾ ਵੇਖੀ ਜਾਂਦੀ ਯੂਜ਼ ਵੇਲੇ, ਜਾਂ ਮਤਲਬ ਕਿ ਜਿਹੜਾ ਉਹ ਇਹਦਾ ਗ੍ਰੇਡ ਹੁੰਦਾ ਹੈ? ਗ੍ਰੇਡ ਤੇ ਵਿਸਕੋਸਿਟੀ ਦੋਨੋਂ ਇੱਕ ਦੂਜੇ ਦੇ ਕੰਪੈਰੀਟਿਵ ਸੇਮ ਨੇ। ਜਿੱਦਾਂ ਗ੍ਰੇਡ 40 ਆ ਤੇ ਇਹਦਾ ਮਤਲਬ ਵਿਸਕੋਸਿਟੀ ਉੱਥੇ ਕਨਸਟੈਂਟ ਆ, ਠੀਕ ਹੈ ਲੋ ਜ਼ਿਆਦਾ ਮੋਟਾ ਹੈ। ਜਦੋਂ ਆਪਾਂ ਗ੍ਰੇਡ ਘਟਾਈ ਜਾਵਾਂਗੇ ਤੇ ਵਿਸਕੋਸਿਟੀ ਆਟੋਮੈਟਿਕ ਘਟਦੀ ਜਾਏਗੀ। ਹਾਂਜੀ ਸਰ। ਤੇ ਸਰ ਜਿਹੜਾ ਆਪਾਂ ਉਹ ਕੂਲਿੰਗ ਸਿਸਟਮ ਵੇਲੇ ਜਿਹੜੀ ਰੇਡੀਏਟਰ ਦੀ ਗੱਲ ਕਰਦੇ ਸੀ, ਜਦੋਂ ਮਤਲਬ ਕਿ ਗੱਡੀ ਆਪਣੀ ਜਿਵੇਂ ਇਹਨਾਂ ਕੰਪਨੀ ਵੱਲੋਂ ਜੇ ਮਤਲਬ ਕਿ ਟੈਂਪਰੇਚਰ ਦਿੱਤਾ ਗਿਆ ਵੀ 80। ਹੈਲੋ ਜੀ ਬੋਲੋ, ਕੰਟੀਨਿਊ ਰਹੋ। ਸੌਰਵ ਸਰ, ਜਿਹੜਾ ਆਪਣਾ ਮਤਲਬ ਕਿ ਜਿਵੇਂ ਕੋਈ ਵੀ ਕੰਪਨੀ ਹੈ, ਆਪਣੀ ਕਾਰ ਕੰਪਨੀ ਹੈ, ਉਹਦੇ ਚ ਜਿਵੇਂ ਕਿ ਸਟਾਰਟਅਪ ਜਾਂ ਵਾਰਮ ਅਪ ਜਿਹੜਾ ਟੈਂਪਰੇਚਰ ਦਿੰਦੇ ਨੇ ਵੀ, ਜਦੋਂ ਆਪਾਂ ਮਤਲਬ ਗੱਡੀ ਸਟਾਰਟ ਕਰਦੇ ਹਾਂ ਉਹਦਾ ਵਾਰਮ ਅਪ ਟੈਂਪਰੇਚਰ ਆਪਾਂ ਨੂੰ 85 ਡਿਗਰੀ ਜਾਂ 85 ਡਿਗਰੀ ਫਾਰਨਹੀਟ ਤੱਕ ਜਿਵੇਂ ਦਿੱਤਾ ਹੋਇਆ ਹੈ ਸਰ, ਜਿਵੇਂ ਕਿ ਉਦੋਂ ਬਾਅਦ ਹੀ ਜਿਵੇਂ ਕਿ ਸਰ ਜਿਹੜਾ ਬਈ ਫੈਨ ਹੈ ਜਿਹੜਾ ਉਹ ਰੇਡੀਏਟਰ ਦੇ ਨਾਲ ਜਿਹੜਾ ਫੈਨ ਹੈ ਉਹ ਆਟੋ ਸੈਂਸਿੰਗ ਤੇ ਚੱਲ ਪਏਗਾ? ਮਤਲਬ ਦਰਅਸਲ ਜਿਹੜਾ ECM ਨਾ ਕੰਟਰੋਲ ਕਰ ਰਿਹਾ ਸਾਰੇ ਸੈਂਸਰ ਨੂੰ। ਅੱਛਾ ਸਰ, ਜਿਹੜਾ ਸਰ ਜਿਹੜਾ ਇੰਜਨ ਕੰਟਰੋਲ ਯੂਨਿਟ ਹੁੰਦੀ ਜਿਹੜੀ ਸਰ ਇਲੈਕਟ੍ਰੋਨਿਕ ਕੰਟਰੋਲ ਮੋਡਿਊਲ ਕਹਿੰਦੇ ਉਹਨੂੰ, ਤੇ ਉਹ ਕੰਟਰੋਲ ਕਰ ਰਿਹਾ ਹੁੰਦਾ ਹੈ ਤੇ ਉਸ ਦੇ ਵਿੱਚ ਹੀ ਉਹਨੇ ਜੋ ਕੂਲੈਂਟ ਟੈਂਪਰੇਚਰ ਹੈ ਨਾ ਉੱਥੇ ਵੀ ਸੈਂਸਰ ਲੱਗਾ ਹੁੰਦਾ ਉਹਦਾ। ਹਾਂਜੀ ਠੀਕ ਹੈ, ਕੂਲੈਂਟ ਦਾ ਟੈਂਪਰੇਚਰ 85 ਡਿਗਰੀ ਤੱਕ ਚਲੇ ਜਾਂਦਾ ਹੈ। ਹਾਂਜੀ ਸਰ, ਆਟੋਮੈਟਿਕ ਹੀ ਫੈਨ ਨੂੰ ਸਿਗਨਲ ਮਿਲ ਜਾਂਦਾ ਹੈ ਵੀ ਫੈਨ ਆਪਰੇਟ ਹੋ ਜਾਂਦਾ ਹੈ। ਤੇ ਸਰ ਜਿਹੜਾ ਮਤਲਬ ਕਿ ਇਹ ਵਾਟਰ ਕੂਲਿੰਗ ਮਤਲਬ ਕਿ ਜੇ ਕੂਲੈਂਟ ਜਾਂ ਵਾਟਰ ਜਿਵੇਂ ਮਿਕਸ ਹੋ ਜਾਏ ਤਾਂ ਇੰਜਨ ਇੰਜਨ ਨੂੰ ਕੀ ਹੋਰ ਕੋਈ ਪ੍ਰੋਬਲਮ ਜਿਵੇਂ ਆ ਸਕਦੀ? ਮਤਲਬ ਕਿ ਇੱਕ ਤਾਂ ਜਿਵੇਂ ਆਪਾਂ ਸਮਝਦੇ ਹਾਂ ਵੀ ਇੰਜਨ ਸੀਜ਼ ਹੋ ਜਾਏ, ਵਾਟਰ ਤੇ ਕੂਲੈਂਟ ਦੇ ਦੋਨੋਂ ਮਿਕਸ ਕਰਕੇ ਪਾਏ ਜਾਂਦੇ ਆ, ਤੇ ਜੇ ਲੁਬਰੀਕੇਸ਼ਨ ਆਇਲ ਜੇ ਤੇ ਕੂਲੈਂਟ ਦੋਨੋਂ ਮਿਕਸ ਹੋ ਜਾਣ ਫਿਰ ਇੰਜਨ ਬ੍ਰੇਕ ਹੋ ਜਾਂਦਾ, ਬ੍ਰੇਕ ਡਾਊਨ ਤੇ ਆ ਜਾਂਦਾ ਸਰ। ਜਦੋਂ ਆਪਾਂ ਦੋਨਾਂ ਦੀ ਡੈਂਸਿਟੀ ਦਾ ਫਰਕ ਹੈ, ਪਾਣੀ ਦੀ ਡੈਂਸਿਟੀ ਵੱਖਰੀ ਹੁੰਦੀ ਹੈ ਤੇ ਲੁਬਰੀਕੇਸ਼ਨ ਆਇਲ ਦੀ ਡੈਂਸਿਟੀ ਵੱਖਰੀ ਹੁੰਦੀ ਹੈ, ਜਦੋਂ ਦੋਨੋਂ ਮਿਕਸ ਅੱਛੀ ਤਰ੍ਹਾਂ ਮਿਕਸ ਨਹੀਂ ਹੋਣੇ ਨੀ, ਉਹਦੇ ਅਲੱਗ ਡ੍ਰੌਪਲੈਟ ਹੋ ਜਾਣੇ, ਉਹਦੇ ਅਲੱਗ ਡ੍ਰੌਪਲੈਟ ਹੋ ਜਾਣੇ ਤੇ ਸਾਰਾ ਇੰਜਨ ਬੰਦ ਹੋ ਜਾਣਾ ਹੈ। ਅੱਛਾ ਸਰ, ਜਿਵੇਂ ਇੱਕ ਹੋਰ ਲਾਸਟ ਕੁਐਸਚਨ ਹੈ ਵੈਸੇ ਸਰ, ਜਿਵੇਂ ਮਤਲਬ ਕਿ ਆਪਣਾ ਜਿਹੜਾ ਕੂਲੈਂਟ ਹੈ ਜਾਂ ਮਤਲਬ ਵੀ ਜਦੋਂ ਗੱਡੀ ਸਟਾਰਟ ਹੋ ਰਹੀ ਹੈ ਜੇ ਆਪਣੇ ਕੋਲੋਂ ਐਕਸੈਸਿਵ ਦਲ ਗਿਆ ਹੈ, ਜਿਵੇਂ ਵੀ ਆਪਣੀ ਗੱਡੀ ਓਵਰਹੀਟ ਹੋ ਕੇ ਜਿਵੇਂ ਆਪਾਂ ਬੰਦ ਕੀਤੀ, ਜਦੋਂ ਸਰ ਜਿਹੜਾ ਇੰਜਨ ਵੀ ਐਟਮੋਸਫੇਰਿਕ ਪ੍ਰੈਸ਼ਰ ਨਾਲ ਜਿਵੇਂ ਠੰਡਾ ਹੋ ਗਿਆ, ਜਿਹੜਾ ਐਕਸੈਸਿਵ ਕੂਲੈਂਟ ਹੈ ਉਹਦਾ ਮਤਲਬ ਕੀ ਹੋਏਗਾ ਜੀ? ਉਹਦੇ ਵਿੱਚ ਨਿਊ ਕਾਰ ਜਿਹੜੀਆਂ ਕੋਈ ਵੀ ਸਵਿਫਟ ਕਾਰ ਜਾਂ ਛੋਟੀਆਂ ਆ ਰਹੀਆਂ ਨੇ, ਮਤਲਬ ਸਾਰੀਆਂ ਕਾਰ ਦੇ ਇੱਕ ਐਕਸਪੈਂਸ਼ਨ ਟੈਂਕ ਲੱਗਾ ਹੁੰਦਾ। ਹਾਂਜੀ ਸਰ, ਜਿਹੜਾ ਮਤਲਬ ਕਿ ਇੱਕ ਤਰ੍ਹਾਂ ਦਾ ਐਕਸਟਰਾ ਟੈਂਕ ਵਾਸਤੇ, ਉਹ ਐਕਸਪੈਂਸ਼ਨ ਟੈਂਕ ਦੇ ਵਿੱਚ ਕੀ ਆ ਵੀ ਸਿੱਧਾ ਹੁਣ ਰੇਡੀਏਟਰ ਦੇ ਵਿੱਚ, ਕਈ ਕਾਰ ਵਿੱਚ ਆਪਸ਼ਨ ਨਹੀਂ ਹੈਗੀ ਵੀ ਤੁਸੀਂ ਸਿੱਧਾ ਰੇਡੀਏਟਰ ਵਿੱਚ ਪਾਣੀ ਪਾਓ, ਤੁਸੀਂ ਐਕਸਟੈਂਸ਼ਨ ਟੈਂਕ ਵਿੱਚ ਪਾਉਣਾ ਹੁੰਦਾ। ਐਕਸਟੈਂਸ਼ਨ ਟੈਂਕ ਵਿੱਚ ਜੇ ਵੱਧ ਪਾਣੀ ਪੈ ਜਾਂਦਾ ਹੈ ਤੇ ਆਟੋਮੈਟਿਕ ਹੀ ਉਹ ਬਾਹਰ ਚਲਾ ਜਾਂਦਾ, ਤੇ ਪਾਣੀ ਬਾਹਰ ਚਲਾ ਜਾਣ ਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਅੱਛਾ ਸਰ, ਹੋਰ ਨੈਕਸਟ ਸਰ, ਹੋਰ ਕੋਈ ਜਿਵੇਂ ਸਟੂਡੈਂਟ ਉਹਨੂੰ ਪੁੱਛ ਲਓ। ਥੈਂਕ ਯੂ ਫੋਰ ਯੋਰ ਆਨਸਰ ਸਰ। ਗੱਲ ਕੋਈ ਗੱਲ ਨਹੀਂ। ਹੋਰ ਕੋਈ ਟ੍ਰੇਨਿੰਗ ਜਾਂ ਟੀਚਰ ਜੇ ਪਲੀਜ਼ ਆਪਣੇ ਕਮੈਂਟਸ ਜਾਂ ਕੋਈ ਐਡ ਅਪ ਕਰਨਾ ਇਹਦੇ ਵਿੱਚ ਤੇ ਐਡ ਅਪ ਕਰ ਸਕਦੇ ਨੇ। ਠੀਕ ਹੈ ਭਵਿੰਦਰ ਜੀ, ਆਈ ਥਿੰਕ ਇਟਸ ਆਲ ਓਵਰ। ਠੀਕ ਹੈ ਸਰ, ਓਕੇ।
चलो ठीक है सर, गुरिंदर जी सर का बहुत धन्यवाद, उन्होंने बड़े तरीके संभाल लिया सारे काम नूं। गुरिंदर जी बहुत बहुत धन्यवाद सर। मीटिंग जिहड़ी न्यू आ रही है उनका लिंक मतलब नाल दी नाल सेंड करोगे या बाद जिवें तुसीं सेंड कर सकते हो जिवें लग जी? न्यू नाल दी नाल नहीं, टीचर्स कोल आ जांदा है लिंक पहले। हाँ जी सर, अपने टीचर तो लिंक ले लिया करो। नहीं सर, कल जिवें जो फ्राइडे जो मीटिंग लगी सी सर, मदन सर सीगे जी फाइल का आई टी, तो उन्होंने मैं पूछा सर, उन्होंने मेरे को जिवें मोबाइल नंबर हैगा सी, ते वो कहंदे भी हर हर टाइम जिवें भी जिहड़ा टीचर है ते टॉपिक जिवें कि चेंज हुंदा रहेगा सर, क्योंकि उन्होंने भी लास्ट च आपका नंबर भी टैली कीता सी जे कोई प्रॉब्लम। हाँ हाँ देखो ਉਹਦਾ ਟੀਚਰਸ ਦੇ ਚੇਂਜ ਹੁੰਦੇ ਰਹਿਣਗੇ, ਟੌਪਿਕ ਚੇਂਜ ਹੁੰਦੇ ਰਹਿਣਗੇ, ਉਹ ਟੀਚਰਸ ਜਿਹੜੇ ਨੇ ਲੈਕਚਰ ਨਾ ਜਿਹੜੇ ਵੀ ਸਰ ਆਵਾਜ਼ ਨਹੀਂ ਆ ਰਹੀ ਸਰ, ਥੋੜਾ ਕਲੀਅਰਲੀ ਬੋਲੋ। ਹੈਲੋ, ਹਾਂਜੀ ਸਰ ਹੁਣ ਬੋਲੋ। ਬੋਲੇ ਸਰ, ਤੁਸੀਂ ਐਕਸਪਲੇਨ ਕਰਨਾ ਮੇਰੀ ਨੈਟਵਰਕ ਪ੍ਰੋਬਲਮ। ਹਾਂਜੀ, ਦਰਅਸਲ ਜਦੋਂ ਤੁਸੀਂ ਇੱਕ ਨਿੰਮੀ ਵੈਬਿਨਾਰ ਗੂਗਲ ਤੇ ਸਰਚ ਕਰੋਗੇ ਨਾ, ਹਾਂਜੀ ਉਹਦੇ ਉੱਪਰ ਨਿੰਮੀ ਵੈਬਿਨਾਰ, ਨਿੰਮੀ ਵੈਬਿਨਾਰ, ਹਾਂਜੀ ਗੂਗਲ ਉੱਪਰ ਸਰਚ ਕਰੋਗੇ ਰੋਜ਼ ਦੇ ਰੋਜ਼ ਹੀ। ਹਾਂਜੀ ਸਰ, ਹਾਂਜੀ ਠੀਕ ਹੈ, ਤੇ ਹਰ ਦੂਜੇ ਉਹਦੇ ਵਿੱਚ ਆਪਣੀ ਡੇਟ ਬਣੀਆਂ ਨੇ, ਕਾਲਮ ਬਣੇ ਨੇ, ਅੱਜ ਦੀ ਡੇਟ ਆ 20 ਤਰੀਕ 21 ਤਰੀਕ ਇੱਧਰ ਬਣੇ ਨੇ। ਤੁਸੀਂ ਕੱਲ੍ਹ ਵਾਲੀ ਡੇਟ ਉੱਪਰ ਜਾ ਕੇ ਤੁਸੀਂ ਕੱਲ੍ਹ ਦੇ ਜੋ ਲੈਕਚਰ ਆ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ, ਤੁਹਾਡੇ ਟੌਪਿਕ ਨਾਲ ਰਿਲੇਟਡ ਕਿਹੜਾ ਹੈ ਤੁਸੀਂ ਸੁਣ ਸਕਦੇ ਜੀ। ਠੀਕ ਹੈ ਸਰ, ਥੈਂਕ ਯੂ। ਤੁਸੀਂ ਆਪਣੇ ਸਾਰੇ ਸਾਥੀਆਂ ਨੂੰ ਕਹਿ ਸਕਦੇ ਵੀ ਸਿੱਧਾ ਡਾਇਰੈਕਟ ਲਈ ਉੱਥੋਂ ਨਿੰਮੀ ਵੈਬਿਨਾਰ ਗੂਗਲ ਤੇ ਸਰਚ ਮਾਰਨਾ ਹੈ, ਤੇ ਲਿੰਕ ਨੂੰ ਉਸਦੇ ਵਿੱਚ ਡੇਟ ਵਾਈਜ਼ ਕੈਲੰਡਰ ਬਣਿਆ ਹੈ, ਕਿਸੇ ਵੀ ਮਤਲਬ ਡੇਟ ਦੇ ਉੱਪਰ ਤੁਸੀਂ ਕਲਿੱਕ ਕਰੋ, ਉਸ ਨਾਲ ਰਿਲੇਟਡ ਸਾਰੇ ਦੇ ਸਾਰੇ ਪੂਰੇ ਇੰਡੀਆ ਦੇ ਆ ਜਾਣਗੇ। ਤੁਸੀਂ ਉਹਦੇ ਵਿੱਚ ਆਪਣੇ ਪੰਜਾਬ ਬਾਰੇ ਸਰਚ ਕਰ ਲੈਣੇ ਆ ਵੀ ਕਿਹੜੇ ਹੈਗੇ ਨੇ, ਤੇ ਜੇ ਤੁਹਾਨੂੰ ਦੂਜਿਆਂ ਦੇ ਵਿੱਚ ਵੀ ਚੰਗਾ ਲੱਗਦਾ ਹੈ ਹਿੰਦੀ ਲੈਕਚਰ ਤੇ ਉਹ ਵੀ ਤੁਸੀਂ ਅਟੈਂਡ ਕਰ ਸਕਦੇ ਹੋ ਜੀ। ਨਹੀਂ ਸਰ, ਮਤਲਬ ਕਿ ਇੱਕ ਤਾਂ ਹੁੰਦਾ ਸਰ ਜਿਵੇਂ ਅੱਜ ਜਿਵੇਂ ਟੌਪਿਕ ਟੌਪਿਕ ਜਿਹੜਾ ਉਹ ਚੇਂਜ ਹੋਇਆ, ਇੱਕ ਮਤਲਬ ਉੱਥੇ ਸਾਰਾ ਟੀਚਰ ਦਾ ਤੇ ਟੀਚਰ ਦਾ ਨਾਮ ਤੇ ਟੌਪਿਕ ਦਾ ਨਾਮ ਉਹ ਵੀ ਸਾਰਾ ਟੈਲੀ ਹੋ ਜੂ ਵਿੱਚ ਇਹਦੇ ਸਰ? ਸਭ ਕੁਝ ਹੋਏਗਾ ਵਿੱਚ, ਟੀਚਰ ਦਾ ਨਾਮ, ਟੌਪਿਕ ਕਿਹੜਾ ਹੈ, ਸਭ ਕੁਝ ਹੀ। ਹਾਂਜੀ, ਟੌਪਿਕ ਉਹਦੇ ਉੱਪਰ ਮੈਂਸ਼ਨ ਹੋਏਗਾ ਵੀ ਕਿਸ ਟੌਪਿਕ ਉੱਤੇ ਲੈਕਚਰ ਹੈ। ਠੀਕ ਹੈ ਸਰ, ਥੈਂਕ ਯੂ, ਓਕੇ ਸਰ, ਓਕੇ। ਠੀਕ ਹੈ ਭਵਿੰਦਰ ਜੀ, ਠੀਕ ਹੈ ਸਰ, ਹੈਲੋ ਹੈਲੋ, ਹਾਂਜੀ ਹਾਂਜੀ ਠੀਕ, ਹਾਂ ਠੀਕ ਹੈ ਜੀ, ਐਂਡ ਕਰਦੇ ਆ ਜੀ, ਠੀਕ ਹੈ ਸਰ।